ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ ਮਨਜੀਤ ਸਿੰਘ ਫੇਰਮਣ ਵੱਲੋਂ ਆਪ ਸਭਨਾਂ ਨੂੰ ਪਿਆਰ ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਅੱਜ ਦਾ ਪ੍ਰੋਗਰਾਮ ਐਡਮਿੰਟਨ ਡੇ ਲੈ ਕੇ ਹਾਜ਼ਰ ਹਾਂ ਜੀ ਪਿਛਲੇ ਕੁਝ ਦਿਨਾਂ ਹੀ ਅਲਬਰਟਾ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਸੀ ਸੋ ਉਸ ਬਜਟ ਵਿੱਚ ਐਜੂਕੇਸ਼ਨ ਸੈਕਟਰ ਦੇ ਲਈ ਕੀ ਰੱਖਿਆ ਗਿਆ ਹੈਲਥ ਸੈਕਟਰ ਲਈ ਕੀ ਸੀ ਇਨਫਰਾਸਟ੍ਰਕਚਰ ਦੇ ਵਾਸਤੇ ਕਿੰਨਾ ਕੁ ਬਜਟ ਰੱਖਵਾ ਰੱਖਿਆ ਗਿਆ ਇਸ ਬਾਬਤ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਸਟੂਡੀਓ ਵਿੱਚ ਐਨਡੀਪੀ ਦੇ ਚੁਣੇ ਹੋਏ ਐਮਐਲਏ ਸਰਦਾਰ ਜਸਵੀਰ ਸਿੰਘ ਦਿਓਲ ਜਿਹੜੇ ਕੈਡਮਿੰਟਨ ਮੈਡੋਸਟੂ ਰਿਪਰੈਜ਼ੈਂਟ ਕਰਦੇ ਹਨ ਪਹੁੰਚੇ ਹਨ ਆਓ ਜਪਹਿਲਾਂ ਉਹਨਾਂ ਦਾ ਸਵਾਗਤ ਕਰ ਲਈਏ ਆ ਪਾਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਫਿਰੂਗਾਂ ਸਾਹਿਬ ਤੇ ਟੈਲੀਵਿਜ਼ਨ ਪੰਜਾਬੀ ਨੈਸ਼ਨਲ ਇੰਟਰਨੈਸ਼ਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦਿਓਲ ਸਾਹਿਬ ਬਜਟ ਜਿਹੜਾ ਹੈ ਇਹ ਕਿਸੇ ਵੀ ਸੂਬੇ ਲਈ ਦੇਸ਼ ਲਈ ਬਹੁਤ ਅਹਿਮ ਹੁੰਦਾ ਬਿਲਕੁਲ ਉਹਦੇ ਬੇਸ ਤੇ ਹੀ ਆਸਾਂ ਲਾਈਆਂ ਜਾਂਦੀਆਂ ਵੀ ਕਿੰਨਾ ਕੁ ਵਿਕਾਸ ਜਿਹੜਾ ਹੈ ਅਗਲੇ ਸਾਲ ਦੇ ਲਈ ਇਹ ਹੀ ਮਿੱਥਿਆ ਸੋ ਯੂਸੀਪੀ ਦੀ ਗਵਰਨਮੈਂਟ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹਦਾ ਟਾਈਟਲ ਰੱਖਿਆ ਗਿਆ ਜੀ ਲਾਈਵਸ ਐਂਡ ਲਾਈਵਲੀਹੂਡਸ ਸੋ ਜ਼ਿੰਦਗੀਆਂ ਅਤੇ ਰੁਜ਼ਗਾਰ ਜਾਂ ਰੋਜੀ ਰੋਟੀ ਕਹੋ ਸੋ ਸਭ ਤੋਂ ਪਹਿਲਾਂ ਤੇ ਓਪਨਿੰਗ ਸਟੇਟਮੈਂਟ ਦੇ ਦਿਓ ਜੀ ਬਜਟ ਨੂੰ ਐਨਡੀਪੀ ਜਾਂ ਤੁਸੀਂ ਕਿਵੇਂ ਇਵੈਲਿਊਏਟ ਕਰਦੇ ਜੇ ਕੀ ਮੁਲਾਂਕਣ ਜੇ ਤੁਹਾਡਾ ਅ ਬਹੁਤ ਸੋਹਣਾ ਤੁਸੀਂ ਸਵਾਲ ਕੀਤਾ ਔਰ ਇਸ ਸਵਾਲ ਦੇ ਨਾਲ ਬੜੇ ਜਿਹੜੇ ਕਈ ਗੱਲਾਂ ਕਲੀਅਰ ਵੀ ਹੋ ਜਾਂਦੀਆਂ ਜੀ ਬਜਟ ਤੇ ਥੋੜੀ ਜੀ ਤੁਸੀਂ ਚਲੰਤ ਜੇ ਵੀ ਨਿਗਾਹ ਮਾਰੋ ਜੀ ਤੇ ਜਿਵੇਂ ਤੁਸੀਂ ਕਿਹਾ ਲਾਈਵ ਐਂਡ ਲਾਈਵਲੀਹੂਡਸ ਹਾਂਜੀ ਆ ਨਾਰਾ ਬਹੁਤ ਸੋਹਣਾ ਟਰਮ ਬਹੁਤ ਸੋਹਣੀ ਆ ਚੰਗ ਲੱਗਦੀ ਆ ਅਲਬਰਟਾ ਦੇ ਜਿਹੜੇ ਲੋਕ ਨੇ ਆ ਜਿਹੜੀ ਬੈਡ ਇਕਨੋਮੀ ਕਹੋ ਜਿਹੜਾ ਅਰ ਸੈਸ਼ਨ ਚੱਲ ਰਿਹਾ ਔਰ ਉਤੋਂ ਕੋਵਿਡ ਦੀ ਮਾਰ ਜਿਹੜੀ ਪੂਰੀ ਦੁਨੀਆ ਦੇ ਵਿੱਚ ਲੋਕ ਚੱਲ ਰਹੇ ਆ ਬਿਲਕੁਲ ਇਹਦਾ ਬਹੁਤ ਬੁਰਾ ਅਸਰ ਹੋਇਆ ਹਮਮ ਫੈਮਲੀਆਂ ਜਿਹੜੀਆਂ ਆ ਉਹ ਉਹਨਾਂ ਤੇ ਅਸਰ ਪਿਆ ਜਿਹੜੇ ਵਰਕਰ ਨੇ ਉਹਨਾਂ ਤੇ ਅਸਰ ਪਿਆ ਜਾਨਕਿ ਕੋਈ ਸੈਕਟਰ ਨਹੀਂ ਹੈ ਲਾਈਫ ਦੀ ਕੋਈ ਐਸਪੈਕਟ ਨਹੀਂ ਹੈ ਰੋਜ਼ਗਾਰ ਤੇ ਬਿਜ਼ਨਸਸ ਤੇ ਬਿਲਕੁਲ ਜਿਹੜਾ ਉਹਨਾਂ ਨੇ ਟਰਮ ਇਹੋ ਦਿੱਤੀ ਹੈ ਲਾਈਫ ਤੇ ਲਾਈਵਲੀਹੂਡ ਵਾਲੀ ਜੀ ਬਹੁਤ ਸੋਹਣੀ ਹੈ ਇਹੋ ਹਮ ਪਰ ਚੰਗਾ ਹੁੰਦਾ ਜੇ ਉਹ ਕਿਤੇ ਦਿਖਾਲ ਦੇ ਵੀ ਇਹੋ ਪਰ ਕਿੱਥੇ ਇਹਨੂੰ ਅਡਰੈਸ ਕਰ ਰਹੇ ਠੀਕ ਹੈ ਜੀ ਕਿੱਥੇ ਦਿਖਾਈ ਨਹੀਂ ਦਿੰਦਾ ਇਹੋ ਇਸ ਕਰਕੇ ਅਨਫੋਰਚੂਨੇਟ ਆ ਤੇ ਨਿਰਾਸ਼ਾਜਨਕ ਆ ਜੀ ਤੇ ਨਰਾਸ਼ਾ ਜਨਕ ਇੱਕ ਪੱਖ ਤੋਂ ਹੈ ਹੂੰ ਕਿ ਸਰਕਾਰ ਨੂੰ ਜਿਹੜਾ ਮੌਕਾ ਸਾਹਮਣਾ ਚਾਹੀਦਾ ਸੀਗਾ ਸਰਕਾਰ ਨੇ ਮੌਕਾ ਨਹੀਂ ਸੰਭਿਆ ਜੀ ਇਹਦੇ ਸਿੱਟੇ ਜਿਹੜੇ ਲੋਕਾਂ ਨੂੰ ਦੂਰ ਤੱਕ ਭੁਗਤਨੇ ਪੈਣੇ ਆ ਪਰ ਦੂਸਰੇ ਪਾਸ ਪਾਸ ਪੱਖ ਤੇ ਇਹ ਆ ਕਿ ਲੋਕਾਂ ਨੇ ਰਿਸਪੌਂਡ ਕੀਤਾ ਜੀ ਲੋਕ ਲੱਗਦਾ ਵੀ ਇਹਦਾ ਜ਼ਰੂਰ ਜਵਾਬ ਦੇਣਗੇ ਔਰ ਇਹੀ ਤਰੀਕਾ ਬਿਲਕੁਲ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ ਜਾਂ ਜੁਸੀਪੀ ਮੋਰੇ ਆ ਉਹ ਵਾਅਦਾ ਕਰਕੇ ਆਈ ਸੀ ਲੋਕਾਂ ਨਾਲ ਕੱਲ ਕੋਈ ਹੋਰ ਵੀ ਹੋ ਸਕਦੀ ਲੋਕ ਜਿਹੜੇ ਆ ਉਹ ਵੱਡੇ ਵਾਚ ਡੌਗ ਹੁੰਦੇ ਆ ਜੀ ਔਰ ਲੋਕ ਹੀ ਡਿਸੀਜਨ ਮੇਕਰ ਹੁੰਦੇ ਆ ਤੇ ਲੋਕਾਂ ਨੇ ਆਲਰੇਡੀ ਇਸ ਬਜਟ ਦੇ ਬਾਰੇ ਵੀ ਆਪਣੀ ਰਾਏ ਜਿਹੜੀ ਆ ਉਹ ਪਬਲਿਕ ਡੋਮੇਨ ਦੇ ਵਿੱਚ ਉਹ ਦੇਖੀ ਜਾ ਸਕਦੀ ਹੈ ਬਿਲਕੁਲ ਤੇ ਗੱਲ ਕਰਦੇ ਆ ਜੀ ਪ੍ਰੀਮੀਅਰ ਜੇਸਨ ਕੇਨੀ ਨੇ ਵਾਅਦਾ ਕੀਤਾ ਸੀਗਾ ਵੀ ਟੈਕਸਸ ਨਹੀਂ ਲਗਾਵਾਂਗੇ ਨਵੇਂ ਟੈਕਸਸ ਸੋ ਨਹੀਂ ਲਗਾਏ ਉਹਨਾਂ ਨੇ ਪਰ ਜੇਕਰ ਬਾਕੀ ਅੰਕੜਿਆਂ ਤੇ ਝਾਤ ਮਰੀ ਜਾਵੇ ਤੇ ਡੈਫਿਸਿਟ ਜਿਹੜਾ ਹੈ ਜੀ 18.2 ਬਿਲੀਅਨ ਡਾਲਰ ਦਾ ਰੱਖਿਆ ਗਿਆ ਡੈਫਿਸਿਟ ਕਿਵੇਂ ਬਣਿਆ ਜੀ ਕਿ ਜਿਹੜੀਆਂ ਸਪੈਂਡਿੰਗਸ ਨੇ ਲਗਭਗ 62 ਬਿਲੀਅਨ ਡਾਲਰ ਦੀਆਂ ਉਹਨਾਂ ਨੇ ਐਸਟੀਮੇਟ ਕੀਤੀਆਂ ਨੇ ਤੇ ਜਿਹੜੇ ਰੈਵਨਿਊਜ਼ ਨੇ ਲਗਭਗ 43.7 ਬਿਲੀਅਨ ਡਾਲਰ ਰੱਖੇ ਗਏ ਨੇ ਸੋ ਡੈਫਿਸਿਟ ਕਾਫੀ ਵੱਡਾ ਵਾ ਸੋ ਡੈਫਿਸਿਟ ਨੂੰ ਕਿਵੇਂ ਹੈਂਡਲ ਕਰਨਾ ਦੈਟਸ ਅ ਵੈਰੀ ਬਿਗ ਕੁਐਸਚਨ ਤੁਹਾਡੀ ਕੀ ਪ੍ਰਤੀਕਿਰਿਆ ਤੇ ਇਹਦੇ ਜਵਾਬ ਕੁਛ ਜੀ ਐਕਸਪਲੇਨ ਕਰਨਾ ਹੋਵੇ ਹਮ ਤੇ ਡੈਫਿਸਿਟ ਦਾ ਜਿਹੜਾ ਹਊਆ ਜੀ ਇਹ ਵੀ ਜਿਹੜਾ ਰਾਈਟ ਵਿੰਗ ਪਪੂਲਿਜ਼ਮ ਆ ਉਹੀ ਖੜਾ ਕਰਦਾ ਠੀਕ ਹੈ ਜੀ ਉਹਨੂੰ ਵਰਤ ਕੇ ਜਿਸਨ ਕਹਿ ਨਹੀਂ ਹਣੀ ਵੀ ਦੁਨੀਆ ਤਬਾਹ ਹੋ ਜਾਣੀ ਆ ਹਮ ਐਨਡੀਪੀ ਨੇ ਜਿਹੜਾ ਡੈਫਿਸਿਟ 95 ਬਿਲੀਅਨ ਤੇ ਲਾ ਜਾਣੀ ਆ 93 ਬਿਲੀਅਨ ਤੇ ਲਾ ਜਾਣੀ ਆ ਉਹਦੇ ਤੋਂ ਬਾਅਦ ਅਲਵਰਟਾ ਨੇ ਤਬਾਹ ਹੋ ਜਾਣਾ ਜੀ ਤੇ ਮੇਰੇ ਕੋਲ ਇੱਕ ਜਾਦੂ ਦੀ ਛੜੀ ਆ ਹਮ ਜਿਹਦੇ ਨਾਲ ਮੈਂ ਡੈਫਿਸਿਟ ਇੱਕਦਮ ਉਡਾ ਦੇਣੀ ਆ ਤੇ ਤੇ ਲੱਖਾਂ ਹੀ ਜਿਹੜੀਆਂ ਨੌਕਰੀਆਂ ਪੈਦਾ ਕਰ ਦੇਣੀਆਂ ਉਹ 2019 ਚ ਇਦਾਂ ਦਾ ਨਾਰਾ ਦੇ ਕੇ ਆਏ ਸੀ ਪਾਵਰ ਚ ਜੀ ਤੇ ਉਹਨਾਂ ਨੇ ਆ ਕੇ ਆਉਂਦੇ ਆਂ ਬਹੁਤ ਜਿਹੜੇ ਵੱਡੇ ਫੰਡ ਨੇ 4.7 ਬਿਲੀਅਨ ਡਾਲਰ ਬਹੁਤ ਵੱਡੀਆਂ ਕਾਰਪੋਰੇਸ਼ਨਾਂ ਨੂੰ ਉਸ ਵੇਲੇ ਟਰਾਂਸਫਰ ਕਰ ਦਿੱਤੇ ਟੈਕਸ ਕੱਟਸ ਦੇ ਰੂਪ ਦੇ ਵਿੱਚ ਤੇ ਕੋਈ ਨੌਕਰੀ ਪੈਦਾ ਨਹੀਂ ਹੋਈ 2019 ਚ 50 ਹਜ਼ਾਰ ਹੋਰ ਨੌਕਰੀਆਂ ਜਿਹੜੀਆਂ ਚਲ ਗਈਆਂ ਠੀਕ ਹੈ ਜੀ ਇਦਾਂ ਦੀ ਐਗਜ਼ੈਂਪਲ ਵੀ ਆ ਵੀ ਕੋਈ ਕੰਪਨੀ ਜਿਹਨੂੰ 1% ਛੋਟ ਨਾਲ ਉਦੋਂ 4% ਅਜੇ ਨਹੀਂ ਸੀਗਾ ਲਾਗੂ ਹੋਇਆ 1% ਨਾਲ 1 ਬਿਲੀਅਨ ਡਾਲਰ ਦਾ ਫਾਇਦਾ ਹੋਇਆ ਅੱਛਾ ਜੀ ਤੇ ਉਹਦੇ باوجود ਉਹਨਾਂ ਨੇ 2000 ਬੰਦਾ ਕੱਢਤਾ ਤੇ ਨਾਲੇ ਵੀ ਕਿਹਾ ਵੀ 15% ਹੋਰ ਜਿਹੜੀ ਲੇਬਰ ਆ ਉਹ ਕੱਟ ਕਰਨੀ ਆ ਤੇ ਉਸ ਵੇਲੇ ਜਿਹੜੀ ਇਹਨਾਂ ਦੀ એનર્ਜੀ ਮਨਿਸਟਰ ਹ ਹ ਉਹਨੂੰ মিডিਆ ਨੇ ਸਵਾਲ ਕੀਤਾ ਸੀ ਤੇ ਉਹਨ ਮੰਨਣਾ ਪਿਆ ਸੀ ਤੇ ਹਾਂ ਕਿਤੇ ਨਾ ਕਿਤੇ ਕੁਝ ਗਲਤ ਹੈ ਸਾਨੂੰ ਦੇਖਣ ਦੀ ਲੋੜ ਆ ਕਿ ਇਹ ਵਰਕ ਕਿਉਂ ਨਹੀਂ ਕੀਤਾ ਪਰ ਅਨਫੋਰਚੂਨੇਟਲੀ ਜਦੋਂ ਬਜਟ ਪੇਸ਼ ਕਰਨ ਦਾ ਮੌਕਾ ਆਉਂਦਾ 20 ਦੇ ਵਿੱਚ ਵੀ ਤੇ 21 ਦੇ ਵਿੱਚ ਵੀ ਉਹਨਾਂ ਤੋਂ ਕੁਝ ਸਿੱਖਿਆ ਨਹੀਂ ਗਿਆ ਉਹਦੇ ਤੇ ਹੋਰ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੇ ਨੇ ਤੇ ਲੋਕਾਂ ਲਈ ਇਸ ਬਜਟ ਦੇ ਵਿੱਚ ਕੁਝ ਨਹੀਂ ਹੈ ਸਿਰਫ ਉਹਨਾਂ ਤੇ ਭਾਰ ਪਾਉਣ ਤੋਂ ਬਿਨਾ ਜੀ ਤੇ ਜਿਹੜਾ ਤੁਸੀਂ ਕਿਹਾ ਸੀ ਵੀ ਟੈਕਸ ਉਹਨਾਂ ਨੇ ਨਹੀਂ ਲਾਏ ਇੱਕ ਮੈਕਨਿਜ਼ਮ ਹੈ ਇਕਨੋਮਿਕਸ ਦਾ ਜਿਹੜੇ ਪੜ੍ਹੇ ਹੋਏ ਨੇ ਲੋਕ ਉਹ ਜ਼ਿਆਦਾ ਜਾਣਦੇ ਨੇ ਜੀ ਅਸੀਂ ਸਿਆਸਤ ਦੇ ਵਿੱਚ ਪਾਰਟਿਸਿਪੇਟ ਕਰਦੇ ਹਾਂ ਉਤੋਂ ਕੁਝ ਸਿੱਖਿਆ ਜਦੋਂ ਵੀ ਤੁਸੀਂ ਕੋਈ ਪ੍ਰੋਗਰਾਮ ਤਿਆਰ ਕਰਦੇ ਹੋ ਜੀ ਤੇ ਮੇਜਰ ਫੈਕਟਰ ਲੱਗਦੇ ਨੇ ਪੋਪੂਲੇਸ਼ਨ ਗਰੋਥ ਦੇ ਪਾਪੂਲੇਸ਼ਨ ਜਿਹੜੀ ਵੱਧਦੀ ਆ ਜੇ ਉਹਨਾਂ ਜਿਹੜੇ ਫੈਕਟਰਸ ਨੇ ਉਹਨਾਂ ਨੂੰ ਤੁਸੀਂ ਕਨਸਿਡਰ ਕਰੋ ਜੀ ਤੇ ਅਸਲ ਦੇ ਵਿੱਚ ਲੋਕਾਂ ਤੇ ਬਹੁਤ ਵੱਡੇ ਟੈਕਸ ਵੀ ਲੱਗੇ ਨੇ ਤੇ ਜਿਹੜੇ ਫੰਡ ਵੀ ਘਟੋਏ ਨੇ ਕਿਉਂਕਿ ਉਹ ਜਿਹੜਾ ਉਹਨਾਂ ਨੂੰ ਇੰਡੈਕਸ ਨੂੰ ਸਟਾਪ ਕਰਨ ਦੇ ਨਾਲ ਹਮ ਪਰਸਨਲ ਇਨਕਮ ਟੈਕਸ ਦੇ ਵਿੱਚ ਹੀ ਕੋਈ 40 ਸਾਲਾਂ ਦੇ ਵਿੱਚ 600 ਮਿਲੀਅਨ ਡਾਲਰ ਦਾ ਵਾਧਾ ਹੁੰਦਾ ਅੱਛਾ ਜੀ 100 ਮਿਲੀਅਨ ਡਾਲਰ ਇਸੇ ਸਾਲ ਦੇ ਵਿੱਚ ਵਾਧਾ ਹੁੰਦਾ ਠੀਕ ਹੈ ਜੀ ਤੇ ਜਿਹੜੀ ਐਜੂਕੇਸ਼ਨ ਪ੍ਰਾਪਰਟੀ ਟੈਕਸ ਆ ਉਹਦੇ ਵਿੱਚ ਹੀ 100 ਮਿਲੀਅਨ ਡਾਲਰ ਦਾ ਵਾਧਾ ਹੁੰਦਾ ਸੋ ਇਸ ਢੰਗ ਦੇ ਨਾਲ ਸਿੱਧੇ ਤੌਰ ਤੇ ਮੈਂ ਸਮਝਦਾ ਝੂਠ ਬੋਲ ਰਹੇ ਨੇ ਲੋਕਾਂ ਦੇ ਨਾਲ ਧੋਖਾ ਕਰ ਰਹੇ ਨੇ ਔਰ ਦੂਜੇ ਪਾਸੇ ਇਕਨੋਮਿਕ ਰਿਕਵਰੀ ਆ ਜੀ ਆ ਜਿਹੜਾ ਇਸ ਵੇਲੇ ਬਹੁਤ ਵੱਡਾ ਇਸ਼ੂ ਹੈ ਅਲਬਰਟਾ ਦੇ ਲਈ ਜੇ ਤੁਸੀਂ ਮੈਂ ਸਧਾਰਨ ਗੱਲਬਾਤ ਕਰਦਿਆਂ ਵੀ ਕਿਹਾ ਸੀਗਾ ਜੋ ਤੁਸੀਂ ਉਹਨੂੰ ਸਰਚ ਕਰੋ ਉਹ ਤਾਂ ਅੰਡਰ ਡਿਵੈਲਪਮੈਂਟ ਹੈ ਜੀ ਫਿਰ ਸਰਕਾਰ ਦਾਵਾ ਕਹਦਾ ਕਰ ਰਹੀ ਆ ਉਹ ਦੇਖਣ ਵਾਲੀ ਗੱਲ ਹੈ ਠੀਕ ਹੈ ਜੀ ਤੇ ਹੁਣ ਆਪਾਂ ਥੋੜਾ ਜਆ ਤਫਸੀਲ ਨਾਲ ਗੱਲਬਾਤ ਕਰਦੇ ਹਾਂ ਵੀ ਕਿਹੜੇ ਕਿਹੜੇ ਸੈਕਟਰ ਦੇ ਵਿੱਚ ਕਿੰਨੇ-ਕਿੰਨੇ ਇਹਨਾਂ ਨੇ ਜਿਹੜੀ ਰਾਸ਼ੀ ਆ ਉਹ ਰਾਸ਼ੀ ਵੀ ਰੱਖੀ ਆ ਤਾਂ ਕਿ ਪਤਾ ਲੱਗ ਜਾਵੇ ਵੀ ਕੀ ਇਹਨਾਂ ਦੀਆਂ ਪਲਾਨਿੰਗਸ ਨੇ ਸੋ ਸਭ ਤੋਂ ਪਹਿਲਾਂ ਹੈਲਥ ਸੈਕਟਰ ਦੀ ਗੱਲ ਕਰਦੇ ਹਾਂ ਜੀ ਹੈਲਥ ਸੈਕਟਰ ਹਮੇਸ਼ਾ ਹੀ ਮੇਜਰ ਸੈਕਟਰ ਹੁੰਦਾ ਵਾ ਅਲਬਰਟਾ ਗਵਰਨਮੈਂਟ ਨੇ ਕਿਹਾ ਕਿ ਹੈਲਥ ਦੇ ਵਿੱਚ ਅਸੀਂ 4% ਜਿਹੜਾ ਹੈ ਵਾਧਾ ਕਰਨ ਜਾ ਰਹੇ ਹਾਂ ਸੋ ਜਿਹੜਾ ਕਿ ਲਗਭਗ 900 ਮਿਲੀਅਨ ਡਾਲਰ ਬਣਦਾ ਹੈ ਔਰ ਇਸ ਵਾਧੇ ਦੇ ਨਾਲ ਟੋਟਲ ਬਜਟ ਜਿਹੜਾ ਹੈ ਹੈਲਥ ਨੂੰ ਉਹ 23 ਮਿਲੀ 23 ਬਿਲੀਅਨ ਡਾਲਰ ਦਾ ਹੋ ਜਾਏਗਾ ਜੀ ਸੋ ਇਹ ਜਿਹੜੇ ਅੰਕੜੇ ਨੇ ਜਦੋਂ ਆਪਾਂ ਦੇਖਦੇ ਹਾਂ ਹਸਪਤਾਲਾਂ ਦੇ ਵਿੱਚ ਸਟਾਫ ਦੀ ਗੱਲਬਾਤ ਕਰਦੇ ਆ ਜਾਂ ਹੋਰ ਜਿਹੜੇ EMPLOYEES ਦੀ ਗੱਲਬਾਤ ਕਰਦੇ ਆ ਉਹਨਾਂ ਦੀ ਤੇ ਛਾਂਟੀ ਕਰੀ ਜਾਂਦੇ ਨੇ ਸੋ ਇਹ ਤੁਹਾਨੂੰ ਲੱਗਦਾ ਵੀ ਇਹ ਕਿਤੇ ਨਾ ਕਿਤੇ ਪੋਜ਼ਿਟਿਵ ਡਾਇਰੈਕਸ਼ਨ ਦੇ ਵਿੱਚ ਹੋ ਸਕਦੀ ਗੱਲਬਾਤ ਅ ਪਹਿਲੀ ਗੱਲ ਤੇ ਆ ਜੀ ਵੀ ਮੈਂ ਫਿਰ ਉਹ ਕਹਾਂ ਵੀ ਜੇ ਤੁਸੀਂ ਉਹ ਫੈਕਟਰ ਕਨਸਿਡਰ ਕਰੋਗੇ ਜਿਹੜੀ ਪ੍ਰੋਵਿੰਸ ਦੀ ਪੋਪੂਲੇਸ਼ਨ ਗਰੋਥ ਤੇ ਇਨਫਲੇਸ਼ਨ ਹਾਂਜੀ ਇੱਕ ਪੱਖ ਹੈ ਤੇ ਦੂਸਰਾ ਇਹ ਆ ਵੀ ਬਹੁਤ ਸਾਰੀਆਂ ਸਰਜਰੀਆਂ ਬਹੁਤ ਸਾਰੀਆਂ ਟ੍ਰੀਟਮੈਂਟਸ ਪੋਸਟਪੋਨ ਹੋਇਆ ਪਿਆ ਬਿਲਕੁਲ ਉਹਨਾਂ ਸਾਰੇ ਚੀਜ਼ਾਂ ਨੂੰ ਜੇ ਤੁਸੀਂ ਕਨਸਿਡਰ ਕਰੋ ਤਾਂ ਬੇਸਿਕਲੀ ਹੈਲਥ케ਅਰ ਤੇ ਬਹੁਤ ਵੱਡਾ ਕੱਟ ਲੱਗਾ ਜੀ ਉਹਦੇ ਮੁਤਾਬਕ ਜੇ ਇਹਨਾਂ ਨੂੰ ਤੁਸੀਂ ਕਨਸਿਡਰ ਕਰਨਾ ਹੋਵੇ ਤੇ ਘੱਟੋ ਘੱਟ 632 33 ਮਿਲੀਅਨ ਡਾਲਰ ਜਿਹੜਾ ਆ ਉਹ ਪਿਛਲੇ ਸਾਲ ਨਾਲੋਂ ਵਾਲਾ ਕਿ ਪਿਛਲੇ ਸਾਲਾਂ 'ਚ ਵੀ ਕੱਟ ਲੱਗਾ ਸੀ ਇਹਦੇ ਦੀ ਜੇ ਪਿਛਲੇ ਸਾਲ ਨੂੰ ਸਾਹਮਣੇ ਰੱਖ ਕੇ ਦੇਖਣਾ ਹੋਵੇ ਤੇ 632 33 ਮਿਲੀਅਨ ਦਾ ਹੋਰ ਕੱਟ ਬਣਦਾ ਫਰਦਰ ਪਿਛਲੇ ਸਾਲ ਨਾਲੋਂ ਤੇ ਉਹ ਤੋਂ ਵੀ ਅੱਗੇ ਵਧ ਕੇ ਸਰਕਾਰ ਨੇ ਆਪਣੇ ਜਿਹੜੇ ਸਟ੍ਰੈਟੈਜਿਕ ਪਲਾਨ ਦੇ ਵਿੱਚ ਬਹੁਤ ਕਲੀਅਰਲੀ ਕਿਹਾ ਵੀ ਅਸੀਂ ਜਿਹੜਾ ਪਬਲਿਕ ਸੈਕਟਰ ਆ ਸਮਾਲ ਤੇ ਅਫੀਸ਼ੀਅੰਟ ਇੱਕ ਨਵੀਂ ਟਰਮ ਜਿਵੇਂ ਤੁਸੀਂ ਲਾਈਵਸ ਤੇ ਲਾਈਵਲੀਹੂਡ ਦੀ ਕੀ ਸੀ ਹਾਂਜੀ ਬਈ ਬਹੁਤ ਛੋਟਾ ਹੋਊਗਾ ਉਹ ਪਰ ਉਹ ਲੋਕਾਂ ਦੀ ਹੈਲਪ ਪਹਿਲਾਂ ਨਾਲੋਂ ਵੱਧ ਕਰੂਗਾ ਸੋ ਕਹਿੰਦਾ ਮਤਲਬ ਕਿ ਪ੍ਰਾਈਵੇਟਾਈਜੇਸ਼ਨ ਵੱਲੋਂ ਹਾਂ ਤੇ ਛੋਟਾ ਪਬਲਿਕ ਸੈਕਟਰ ਤੇ ਫਿਸ਼ਿੰਗ ਪਬਲਿਕ ਸੈਕਟਰ ਜਿਵੇਂ ਕਿਹਾ ਸੀ ਜਾਦੂ ਦੀ ਛੜੀ ਨਾਲ ਜੋਬਾਂ 55000 ਜੋਬਾਂ ਪੰਜ ਮਿਲ ਪੰਜ ਬਿਲੀਅਨ ਡਾਲਰ ਦੇ ਅਗੇ ਪਰ 50000 ਜੌਬ ਚਲੇ ਗਈ ਤੇ ਉਹਦੇ ਮੁਤਾਬਕ ਉਹਨਾਂ ਨੇ ਕਿਹਾ 7.7% ਛੋਟਾ ਕਰਨਾ ਜਿਹੜਾ ਇਹ ਹੈਗਾ ਪਬਲਿਕ ਸੈਕਟਰ ਜੀ ਜੇ ਉਹਦੇ ਤੇ ਅੱਗੇ ਵਧਦੇ ਆ ਤੇ ਇਹਦਾ ਮਤਲਬ ਸਿੱਧਾ ਵੀ 15000 ਬੰਦਾ 15000 ਬੰਦਾ ਹੋਰ ਜੌਬ ਲੂਜ਼ ਕਰੂਗਾ ਤਾਂ ਇਹ ਇਹਨਾਂ ਦਾ ਪਲਾਨ ਹੈ ਤੇ ਜਦੋਂ ਅਸੀਂ ਹੈਲਥ ਸੈਕਟਰ ਦੀ ਗੱਲ ਕਰ ਰਹੇ ਸੀਗੇ ਜੀ ਇਹਦੇ ਵਿੱਚ 120 ਮਿਲੀਅਨ ਡਾਲਰ ਜਿਹੜਾ ਹੈ ਉਹ ਵੀ ਰੱਖਿਆ ਗਿਆ ਹੈ ਸਰਜਿਕਲ ਵੇਟ ਟਾਈਮ ਨੂੰ ਦੁਰਸਤ ਕਰਨ ਦੇ ਲਈ ਹਾਂਜੀ ਔਰ ਸਰਕਾਰ ਦਾ ਦਾਵਾ ਹੈ ਕਿ 20% ਤੱਕ ਦੁਰਸਤ ਕੀਤਾ ਜਾ ਸਕਦਾ ਹੈ ਇਹ ਜੀ ਅਮਾਉਂਟ ਦੇ ਨਾਲ ਇਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਅਲਬਰਟਾ ਹੈਲਥ ਸਰਵਿਸਿਜ਼ ਨੇ ਉਹਦੇ ਵਿੱਚ ਲਗਭਗ 3000 ਨਵੀਆਂ ਭਰਤੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਣਗੀਆਂ ਸੋ ਤੁਹਾਨੂੰ ਲੱਗਦਾ ਹੈ ਵੀ ਇਹ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਇਹ ਪੂਰੇ ਕਰ ਸਕਦੀ ਹੈ ਸਰਕਾਰ ਪਿਛਲੇ ਸਮੇਂ 'ਚ ਵੀ ਨਹੀਂ ਹੋਇਆ ਜੀ ਜਦੋਂ ਤੁਸੀਂ ਪਿਛਲੇ ਸਾਲ ਵੀ ਮੈਂ ਪਹਿਲਾਂ ਕਿਹਾ ਕਿ ਹਟਿਆ ਵੀ 55000 ਜੋਬ ਕ੍ਰੀਏਟ ਹੋਊਗੀ ਪਿਆਹ ਯਾਰ ਜਵਾਬ ਲੂਜ਼ ਕਰਤੀ ਔਰ ਟੈਕਸ ਪੇਅਰ ਦੇ ਸਿਰ ਦੇ ਉੱਤੇ ਉਹਨਾਂ ਦੇ ਸਿਰ ਤੇ ਭਾਰ ਪਾ ਕੇ ਉਹਨਾਂ ਦੇ ਟੈਕਸ ਦੇ ਪੈਸੇ ਉਹ ਜਿਹੜਾ 4.7 ਬਿਲੀਅਨ ਡਾਲਰ ਕਾਰਪੋਰੇਸ਼ਨ ਨੂੰ ਦਿੱਤਾ ਹੁਣੇ ਹੀ ਹੋ ਕੇ ਛੱਡਿਆ ਜੇ ਬਿਲਕੁਲ ਤੇ ਤੁਸੀਂ ਪੋਲੀਟੀਕਲ ਜਿਹੜੀ ਗੇਮ ਨੂੰ ਵੀ ਅੰਡਰਸਟੈਂਡ ਕਰਦੇ ਹੋ ਹਮਮ ਪਾਈਪਲਾਈਨਾਂ ਤੁਸੀਂ ਸਮਝ ਕੇ ਦਾਵਾ ਕਰ ਰਹੇ ਹੋ ਤੇ ਤੁਸੀਂ ਜੁੜੇ ਹੋਏ ਹੋ ਏਨੇ ਸਾਲਾਂ ਦੇ ਫੈਡਰਲ ਪੋਲੀਟਿਕਸ 'ਚ ਰਹੇ ਹੋ ਤੇ ਨ ਮੌਕੇ ਤੇ ਆ ਕੇ ਜਦੋਂ ਉੱਤੇ ਪਾਵਰ ਟਰਾਂਸਫਰ ਹੁੰਦੀ ਆ ਹਮਮ ਅ ਜੁਐਸ ਦੇ ਵਿੱਚ 21 ਜਨਵਰੀ ਨੂੰ ਤੇ ਤੁਸੀਂ ਜਨਵਰੀ ਦੇ ਪਹਿਲੇ ਹਫਤੇ ਜਾ ਕੇ ਉਹਨਾਂ ਨੂੰ ਜਿਹੜੇ ਪਾਈਪਲਾਈਨ ਨੂੰ ਜਾਣ ਕੇ ਪੈਸੇ ਦੇ ਦਿੱਤੇ ਉਹ ਜਿਹੜਾ ਡਿਸੀਜਨ ਉਹਦੀ ਵੇਟ ਕਰਨ ਤੋਂ ਪਹਿਲਾਂ ਤੇ ਤੁਹਾਡੇ ਮਨਸ਼ੇਤ ਤੋਂ ਕਲੀਅਰ ਹੁੰਦੇ ਆ ਕਿ ਜੌਬ ਕ੍ਰੀਏਟ ਕਰਨੀ ਪ੍ਰੋਜੈਕਟ ਕੰਪਲੀਟ ਕਰਨੇ ਤੁਹਾਡੇ ਪ੍ਰੀਵਿਊਸ ਨਹੀਂ ਹੈ ਜੋ ਆਪਾਂ ਗੱਲ ਕੀ ਸਟੋਨ ਐਕਸਲ ਪਾਈਪਲਾਈਨ ਦੀ ਗੱਲ ਕਰ ਰਹੇ ਹਾਂ ਬਿਲਕੁਲ ਉਹ ਤੁਹਾਨੂੰ ਲੱਗਦਾ ਵੀ ਉਹਦਾ ਜਿਹੜਾ ਪ੍ਰਭਾਵ ਹੈ ਕਿਤੇ ਨਾ ਕਿਤੇ ਡੈਫਿਸਟ ਦੇ ਨਾਲ ਵੀ ਬਣਦਾ ਦੇਖੋ ਜੀ ਪਬਲਿਕ ਦੇ ਪੈਸੇ ਨੇ ਜੀ ਤੇ ਉਹ ਜਿਹੜਾ ਜਨਰਲ ਰੈਵਨਿਊ ਉਹਦੇ ਵਿੱਚੋਂ ਦਿੱਤੇ ਜਾ ਰਹੇ ਨੇ ਬਿਲਕੁਲ ਤੇ ਉਹ ਡੈਟ ਕਰੀਏਟ ਕਰਨ ਦੇ ਵਿੱਚ ਉਹਦਾ ਰੋਲ ਆ ਔਰ ਲੋਕਾਂ ਦੇ ਉੱਤੇ ਭਾਰ ਪੈ ਰਿਹਾ ਲੋਕਾਂ ਦੇ ਟੈਕਸ ਵਧ ਰਹੇ ਜਿਹੜੇ ਪਾਰਕਸ ਨੇ ਉਹਨਾਂ ਦੀਆਂ ਫੀਸਾਂ ਵਧ ਰਹੀਆਂ ਜਿਹੜੇ ਪ੍ਰੀਮੀਅਮ ਵਧ ਰਹੇ ਨੇ ਜਿਹੜੀ ਸਰਵਿਸ ਫੀਸ ਆ ਉਹ ਵਧ ਰਹੀ ਆ ਤੇ ਨਾਲ ਦੀ ਨਾਲ ਟੈਕਸ ਜਿਹੜਾ ਸਿੱਧੇ ਤੌਰ ਤੇ ਵਧਾ ਦਿੱਤਾ ਔਰ ਸਾਰੇ ਪਾਸੇ ਪਬਲਿਕ ਸੈਕਟਰ ਜਿਹੜਾ ਆ ਹਾਂਜੀ ਅ ਪਹਿਲਾਂ ਇਹਨਾਂ ਨੇ ਏਸ਼ ਦੇ ਵਿੱਚ ਸ਼ੁਰੂ ਕੀਤਾ ਸੀ ਉਹਨੂੰ ਡੀ ਇਨਡੈਕਸ ਕਰਕੇ ਫਿਰ ਜਿਹੜੇ ਬੈਨੀਫਿਟਾਂ ਨੂੰ ਰੋਲ ਬੈਕ ਕਰਨ ਲੱਗੇ ਸੀ ਫਿਰ ਪਬਲਿਕ ਨੇ ਜਦੋਂ ਬਹੁਤ ਉਹਦੇ ਤੇ ਪ੍ਰੈਸ਼ਰ ਬਿਲਡ ਹੋ ਗਿਆ ਪਬਲਿਕ ਦਾ ਤੇ ਉਹ ਸਟੈਪ ਬੈਕ ਕਰ ਗਿਆ ਤੇ ਇਸੇ ਤਰ੍ਹਾਂ ਹੀ ਪਬਲਿਕ ਜਿਹੜੇ ਪਾਰਕ ਸੀਗੇ ਉਹਨਾਂ ਨੂੰ ਕ੍ਰਾਊਨ ਲੈਂਡ ਦੇ ਵਿੱਚ ਕਨਵਰਟ ਕਰਕੇ ਤੇ ਲੈਂਡ ਨੂੰ ਵੇਚਣ ਦਾ ਜਿਹੜਾ ਉਹਨਾਂ ਨੇ ਪੂਰਾ ਪ੍ਰੋਜੈਕਟ ਜਿਹੜਾ ਤਿਆਰ ਕਰ ਲਿਆ ਸੀ ਜੀ ਦਾਵਾ ਕੀਤਾ ਕਿ ਇਹਨਾਂ 5 ਮਿਲੀਅਨ ਡਾਲਰ ਬਚਾਣਾ ਦੇਖੋ ਜਿੱਥੇ ਇਹਨੇ ਉਹ ਜਿਹੜਾ ਐਨਰਜੀ ਬਾਰਨੂਮ ਬਣਾਇਆ ਹੋਇਆ 30 ਬਿਲੀਅਨ 30 ਮਿਲੀਅਨ ਡਾਲਰ ਸਾਲਾ ਉਹਦੇ ਤੇ ਲਾ ਰਹੇ ਨੇ ਔਰ ਦੱਸ ਨਹੀਂ ਰਹੇ ਉਹਦੀ ਦੀ ਆਊਟਕਮ ਕੀ ਆ ਅਲਬਰਟਨ ਨੂੰ ਉਹਦਾ ਫਾਇਦਾ ਕੀ ਹੋਇਆ ਹੁਣ ਤੱਕ ਦਾ ਤੇ ਦੂਸਰੇ ਪਾਸੇ ਇਹ ਕਹਾਂਗੇ ਕਿ 5 ਮਿਲੀਅਨ ਬਚਾਉਣਾ ਸਾਰੀ ਲੋਕਾਂ ਦੀ ਪ੍ਰਾਪਰਟੀ ਜਿਹੜੀ ਤੁਸੀਂ ਪ੍ਰਾਈਵੇਟ ਹੱਥਾਂ 'ਚ ਜਿਹੜੇ ਰਿਚ ਲੋਕ ਨੇ ਉਹਨਾਂ ਨੂੰ ਵੇਚ ਦਿਓ ਉਸ ਕੰਮ ਲੱਗੇ ਹੋਏ ਸੀ ਪਹਿਲਾਂ ਉਹਨਾਂ ਤੋਂ ਉਹਨਾਂ ਨੂੰ ਵਾਪਸ ਹੁਣਾ ਪਿਆ ਫੇਰ ਆ ਜਿਹੜੀ ਕੋਲ ਪਾਲਿਸੀ ਸੀ ਮੇਰੀ ਕੰਟਰੋਵਰਸ਼ੀਅਲ ਸੀ ਜੀ ਉਹਦੇ ਤੇ ਇੰਨਾ ਜ਼ਿਆਦਾ ਜਿਹੜਾ ਪਬਲਿਕ ਪ੍ਰੈਸ਼ਰ ਬਿਲਡ ਹੋਇਆ ਉਹਦੇ ਤੇ ਵਾਪਸ ਆਉਣਾ ਪਿਆ ਜਿੰਨੇ ਦਾਅਵੇ ਕਰਦੇ ਨੇ ਅਸਲ ਦੇ ਵਿੱਚ ਉਹਦਾ ਕੋਈ ਫੈਕਟ ਜਾਂ ਤਾਂ ਲਿਆ ਕੇ ਦੱਸਣ ਬਿਲਕੁਲ ਪਰ ਇੱਕ ਗੱਲ ਹੋਰ ਦੇਖਣ ਨੂੰ ਚਾਹੀਜੀ ਕਿ ਜਿਹੜੀ ਕੈਲਗਰੀ ਦੇ ਵਿੱਚ ਕੈਂసర్ ਰਿਸਰਚ ਇੰਸਟੀਚਿਊਟ ਹਾਂਜੀ ਉਹਦੇ ਵਾਸਤੇ ਵੀ ਕੋਈ ਫੰਡ ਜਿਹੜੇ ਨੇ ਉਹ ਨਹੀਂ ਦਿੱਤੇ ਗਏ ਜਦਕਿ ਰਿਸਰਚ ਐਂਡ ਡਿਵੈਲਪਮੈਂਟ ਤੇ ਜੀ ਹੈਲਥ ਦੀ ਬੈਕਬੋਨ ਹੁੰਦੀ ਹੈ ਆ ਆਉਂਦਿਆਂ ਹੀ ਪਹਿਲਾਂ ਜਿਹੜਾ ਦੇਖੋ ਜੀ ਉਹਨਾਂ ਨੇ ਲੈ ਲਿਆ ਸਿਗਾ ਤੁਸੀਂ ਕਹੋ ਡਾਇਰੈਕਸ਼ਨ ਲੈਬ ਸੀ ਜੀ ਜਿਹੜੀ ਅਲਬਰਟਾ ਦਾ ਜਿਹੜੀਆਂ ਲੈਬ ਸੀ ਐਡਮਿੰਟਨ ਦੇ ਵਿੱਚ ਬਣ ਰਹੀ ਬਹੁਤ ਵੱਡੀ ਲੈਬ ਸੀ ਉਹਦੇ ਦਾ ਤਕਰੀਬਨ 20 ਕਿ ਮਿਲੀਅਨ ਦਾ ਸ਼ਾਇਦ ਖਰਚਾ ਵੀ ਹੋ ਚੁੱਕਾ ਸੀਗਾ ਉਹ ਉਹਨਾਂ ਨੇ ਸਾਰਾ ਜਿਹੜਾ ਨੁਕਸਾਨ ਆ ਉਹਨਾਂ ਨੂੰ ਉਸ ਗੱਲ ਦੀ ਫਿਕਰਮੰਦੀ ਨਹੀਂ ਸੀ ਉਹ ਵਾਪਸ ਲੈ ਲਿਆ ਇੱਥੇ ਹਸਪੀਟਲ ਬਣ ਰਿਆ ਸੀ ਐਡਮਿੰਟਨ ਸਾਊਥ ਦੇ ਵਿੱਚ ਜੀ ਉਹ ਆ ਕੇ ਕੈਨਸਲ ਕਰ ਦਿੱਤਾ ਨਾਲ ਦੀ ਨਾਲ ਉਹਨਾਂ ਨੇ ਇੱਕ ਭਾਸ਼ਾ ਵਰਤੀ ਸੀ ਫੈਂਸੀ ਬਾਕਸ ਸ਼ਾਇਦ ਗਿਆ ਯਾਨੀ ਕਿ ਜਿਹੜਾ ਕੈਲਗਰੀ ਦਾ ਕੈਨਥਰ ਇੰਸਟੀਚਿਊਟ ਉਹਦੇ ਬਾਰੇ ਠੀਕ ਹੈ ਕਿ ਨਹੀਂ ਉਹਦੇ ਤੋਂ ਬਾਅਦ ਉਹਨਾਂ ਨੂੰ ਮਾਫੀ ਮੰਗਣੀ ਪਈ ਸੀ ਆਪਣੀ ਕਲੈਰੀਫਿਕੇਸ਼ਨ ਵੀ ਦੇਣੀ ਪਈ ਸੀ ਜੀ ਤੇ ਇਦਾਂ ਦਾ ਉਹਨਾਂ ਦਾ ਥਿਊ ਆ ਇਹਨਾਂ ਤੋਂ ਆਸ ਨਹੀਂ ਬਹੁਤੀ ਪਰ ਲੋਕਾਂ ਨੂੰ ਧੋਖੇ ਦੇ ਨਾਲ ਇਹ ਗਲਤ ਦਾਅਵੇ ਕਰਕੇ ਝੂਠੇ ਦਾਅਵੇ ਕਰਕੇ ਪਾਵਰ 'ਚ ਆ ਗਏ ਨੇ ਤੇ ਪਰ ਲੋਕ ਜਿਹੜੇ ਨੇ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਤੇ ਲੋਕਾਂ ਦਾ ਪ੍ਰੈਸ਼ਰ ਲਗਾਤਾਰ ਬਿਲਡ ਹੋ ਰਿਹਾ ਅਸੀਂ ਆਪਣੀ ਆਪੋਜੀਸ਼ਨ ਦੀ ਜੌਬ ਕਰ ਰਹੇ ਨੇ ਜੀ ਤੇ ਆਸ ਕਰਦੇ ਆਂ ਵੀ ਜੇ ਹੋਰ ਜਿੰਨੇ ਵੀ ਲੋਕ ਅਵੇਅਰ ਹੋਣਗੇ ਤੇ ਇਹਨਾਂ ਦੇ ਜਿਹੜੇ ਫੈਕਟਸ ਨੇ ਫਿਗਰਸ ਨੇ ਉਹ ਫੜੇ ਜਾਣਗੇ ਜਿਵੇਂ ਦੋ ਤਿੰਨ ਇਸ਼ੂ ਨੇ ਉਹਨਾਂ ਤੇ ਇਹਨਾਂ ਨੂੰ ਪੇਸ਼ਲ ਖਰੀ ਵਾਪਸ ਮੋੜਨਾ ਪਿਆ ਤੇ ਬਹੁਤ ਸਾਰੇ ਮੁੱਦਿਆਂ ਤੇ ਆਪਾਂ ਇਹਨਾਂ ਨੂੰ ਮਜਬੂਰ ਕਰ ਸਕਦੇ ਆਂ ਜੀ ਵੇਖੋ ਜੀ اپੋਜੀਸ਼ਨ ਪਾਰਟੀ ਦਾ ਰੋਲ ਹੀ ਇਹੀ ਹੁੰਦਾ ਕਿ ਸਰਕਾਰ ਨੂੰ ਜ਼ਿੰਮੇਵਾਰ ਬਣਾਇਆ ਜਾਵੇ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਯੂਸੀਪੀ ਜਿਹੜੀ ਸਰਕਾਰ ਹੈ ਦਾਅਵੇ ਤਾਂ ਬਹੁਤ ਕਰ ਰਹੀ ਹੈ ਇਸੇ ਤਰ੍ਹਾਂ ਜੀ ਜੌਬਸ ਨੂੰ ਲੈ ਕੇ ਕਾਫੀ ਦਾਅਵੇ ਕੀਤੇ ਗਏ ਨੇ ਕਹਿੰਦੇ ਵੀ ਅਨਐਮਪਲੋਇਮੈਂਟ ਰੇਟ ਪਿਛਲੇ ਸਾਲ ਜਿਹੜਾ ਸੀਗਾ ਉਹ ਲਗਭਗ 11.4 ਸੀਗਾ 2020-21 ਦੇ ਵਿੱਚ 9.9 ਕਰ ਦੇਣਾ ਸੀ ਫਿਰ 2020-22 ਦੇ ਵਿੱਚ 8.4 2023 ਦੇ ਵਿੱਚ 7.3 ਤੇ 2024 ਦੇ ਵਿੱਚ 6.3 ਬੇਰੁਜ਼ਗਾਰੀ ਦਾ ਜਿਹੜਾ ਦਰਿਆ ਕਰ ਦੇਣੀ ਹੈ ਸੋ ਤੁਹਾਨੂੰ ਲੱਗਦਾ ਵੀ ਇਹਨਾਂ ਕੋਈ ਕੋਈ ਪਾਲਿਸੀਸ ਕੋਈ ਪ੍ਰੋਗਰਾਮ ਇਦਾਂ ਦਾ ਕੋਈ ਰੋਡਮੈਪ ਹੈਗਾ ਜਿਹਦੇ ਜਰੀਏ ਇਹ ਬੇਰੁਜ਼ਗਾਰੀ ਦੀ ਜਿਹੜੀ ਦਰ ਘੱਟ ਕੀਤੀ ਜਾ ਸਕਦੀ ਹੈ ਤੇ ਦੇਖੋ ਭਈ ਸਭ ਤੋਂ ਵੱਡਾ ਜਿਹੜਾ ਇਸ ਵੇਲੇ ਇਸ਼ੂ ਇਕਨੋਮਿਕ ਰਿਕਵਰੀ ਦਾ ਹੈ ਬਿਲਕੁਲ ਜੌਬ ਕ੍ਰੀਏਸ਼ਨ ਦਾ ਹਾਂਜੀ ਜੇ ਉਹਦੇ ਵਿੱਚ ਕੋਈ ਲਾਇਆ ਸਪਸ਼ਟ ਤਰ ਦੇ ਉੱਤੇ ਪੈਸਾ ਤੇ ਉਹ ਦੱਸ ਸਕਦੇ ਨੇ ਕਿ ਸਾਡਾ ਪ੍ਰੋਗਰਾਮ ਹੈ ਹਮ ਅ ਇੰਟਰਨੈਟ ਦੇ ਉੱਤੇ ਅਵੇਲੇਬਲ ਨਹੀਂ ਹੈ ਜੇ ਤੁਸੀਂ ਹਾਊਸ ਦੇ ਵਿੱਚ ਕੁਐਸਚਨ ਕਰਦੇ ਹੋ ਉਹਦਾ ਕੋਈ ਜਵਾਬ ਨਹੀਂ ਹੈ ਜੀ ਹੁਣ ਤੁਸੀਂ ਦੱਸੋ ਟੈਕ ਸੈਕਟਰ ਦੇ ਵਿੱਚ ਰਿਨਿਊਅਬਲ ਦੇ ਵਿੱਚ ਫਿਲਮਿੰਗ ਦੇ ਵਿੱਚ ਤੇ ਜੇ ਤਾਂ ਕਿਤੇ ਉਹਨਾਂ ਨੇ ਪੈਸੇ ਲਾਏ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਜੀ ਜੇ ਤਾਂ ਕਿਤੇ ਇਕਨੋਮੀ ਇਕਨੋਮੀ ਨੂੰ ਡਾਈਵਰਸਟੀਫਾਈ ਕਰਨ ਦੇ ਲਈ ਜੀ ਜੇ ਕਿਤੇ ਪੈਸੇ ਲਾਏ ਤਾਂ ਤਾਂ ਦੱਸ ਸਕਦੇ ਆ ਜੇ ਕਿਸੇ ਪਾਸੇ ਹੋਰ ਜੌਬ ਕ੍ਰੀਏਟਸ ਕੀਤੀਆਂ ਨੇ ਉਹ ਤਾਂ ਦੱਸ ਸਕਦੇ ਨੇ ਦਾਅਵੇ ਕੀਤੇ ਜਾ ਰਹੇ ਨੇ ਅਸਲ ਦੇ ਵਿੱਚ ਜਿਹੜੀ ਇਹਨਾਂ ਦੀ ਲੈਕ ਆਫ ਵਿਜਨ ਆ ਜੀ ਲੋਕਾਂ ਨੂੰ ਇਹਨਾਂ ਦੇ ਜਿਹੜੇ ਬਹੁਤ ਦੂਰ ਰਸਤੇ ਭੁਗਤਣੇ ਪੈਣੇ ਅਨਫੋਰਚਨਟਲੀ ਦੇਰ ਕੀਪ ਕਨਸਟੈਂਟਲੀ ਕੀਪ ਮੇਕਿੰਗ ਮਿਸਟੇਕਸ ਮਿਸਟੇਕ ਆਫਟਰ ਮਿਸਟੇਕ ਤੇ ਅਲਵਰਟਨ ਜਿਹੜੇ ਉਹਦੇ ਸੱਤੇ ਭੁਗਤਤੀ ਜਾ ਰਹੇ ਨੇ ਤੁਸੀਂ ਗੱਲ ਕੀਤੀ ਜੌਬ ਡਾਈਵਰਸੀਫਿਕੇਸ਼ਨ ਦੀ ਇਸ ਤੋਂ ਇਲਾਵਾ ਹੈਲਥ ਸੈਕਟਰ ਨੂੰ ਕੀ ਮਿਲਿਆ ਐਜੂਕੇਸ਼ਨ ਸੈਕਟਰ ਨੂੰ ਕੀ ਮਿਲਿਆ ਅਤੇ ਹੋਰ ਕਿਹੜੇ-ਕਿਹੜੇ ਸੈਕਟਰ ਨੇ ਜਿਹੜੇ ਕੈਲਗਰੀ ਦੇ ਮੇਅਰ ਨੇ ਐਡਮਿੰਟਨ ਦੇ ਮੇਅਰ ਨੇ ਉਹਨਾਂ ਦੀ ਇਸ ਬਜਟ ਦੇ ਪ੍ਰਤੀ ਕੀ ਪ੍ਰਤੀਕਿਰਿਆ ਸੀ ਇਸ ਬਾਬਤ ਵੀ ਗੱਲ ਕਰਾਂਗੇ ਸਮਾਂ ਇੱਕ ਬ੍ਰੇਕ ਦਾ ਹੋ ਚੁੱਕਿਆ ਜੀ ਔਰ ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਨੂੰ ਜਾਰੀ ਰੱਖਾਂਗੇ ਤੁਸੀਂ ਕਿਤੇ ਨਾ ਜਾਣਾ ਜੀ ਦੇਖਦੇ ਰਹਿਣਾ ਪ੍ਰੋਗਰਾਮ ਐਡਮਿੰਟਨ ਡੈਰੀ ਪ੍ਰੋਗਰਾਮ ਐਡਮਿੰਟਡ ਡੈਰੀ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ ਔਰ ਸਾਡੀ ਗੱਲਬਾਤ ਚੱਲ ਰਹੀ ਸੀ ਐਡਮਿੰਟਡ ਮੈਡੋਸ ਦੇ ਐਮ.ਐਲ.ਏ ਸਰਦਾਰ ਜਸਵੀਰ ਦਿਓਲ ਦੇ ਨਾਲ ਸਰ ਜੀ ਆਪਣੀ ਗੱਲਬਾਤ ਚੱਲ ਰਹੀ ਸੀਗੀ ਹੈਲਥ ਸੈਕਟਰ ਦੀ ਹਾਂਜੀ ਹੁਣ ਆਪਾਂ ਐਜੂਕੇਸ਼ਨ ਵੱਲ ਹਾਂ ਐਜੂਕੇਸ਼ਨ ਨੋ ਡਾਊਟ ਹਰ ਸੋਸਾਇਟੀ ਦੀ ਬੈਕਬੋਨ ਹੁੰਦੀ ਹੈ ਜੀ ਔਰ ਕੁਝ ਅੰਕੜੇ ਸ਼ੇਅਰ ਕਰਦਾ ਵਾਂ ਕਿ ਕੇ 2 12 ਕਲਾਸਿਸ ਜਿਹੜੀਆਂ ਨੇ ਉਹਦੇ ਵਿੱਚ ਐਨਰੋਲਮੈਂਟ ਦਾ ਐਸਟੀਮੇਟ ਲਗਾਇਆ ਜਾ ਰਿਹਾ ਕਿ 20000 ਬੱਚੇ ਨਵੇਂ ਰਜਿਸਟਰ ਹੋ ਸਕਦੇ ਨੇ ਕਮਿੰਗ ਈਅਰ ਦੇ ਵਿੱਚ ਪਰ ਜੇਕਰ ਗੱਲ ਕੀਤੀ ਜਾਵੇ ਵੀ ਕੀ ਇਹਨਾਂ ਨੇ ਦੇਣਾ ਵਾ ਉਸ ਸਬੰਧ ਦੇ ਵਿੱਚ ਅੰਕੜੇ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਬਜਟ ਘਟਾਇਆ ਜਾ ਰਿਹਾ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਪੋਸਟ ਸੈਕੰਡਰੀ ਐਜੂਕੇਸ਼ਨ ਦੀ ਉਹਦੇ ਵਿੱਚ ਜਿਹੜਾ ਬਜਟ ਆ ਉਹ 82 ਮਿਲੀਅਨ ਡਾਲਰ ਦੀ ਕਟੌਤੀ ਕੀਤੀ ਜਾ ਰਹੀ ਹੈ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਜਿਹੜਾ ਪੋਸਟ ਸੈਕੰਡਰੀ ਐਜੂਕੇਸ਼ਨ ਉਹਦੇ ਵਿੱਚ ਅਸੀਂ ਪਰ ਸਟੂਡੈਂਟ 36500 ਡਾਲਰ ਖਰਚ ਕਰ ਰਹੇ ਹਾਂ ਜਿਹੜਾ ਕਿ ਬੀਸੀ ਨਾਲੋਂ ਵੀ ਵੱਧ ਹੈ ਤੇ ਇੰਟਾਰਗਿਓ ਨਾਲੋਂ ਵੀ ਵੱਧ ਹੈ ਸੋ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਬਜਟ ਔਰ ਅਗਲੇ 3 ਸਾਲਾਂ ਦੇ ਵਿੱਚ ਵੀ ਇਹਨਾਂ ਨੇ ਕਿਹਾ ਵੀ ਇਹੀ ਬਜਟ ਰਹਿਣਾ ਵਾ ਅਸੀਂ ਕੋਈ ਵਧਾਉਣ ਨਹੀਂ ਲੱਗੇ ਐਜੂਕੇਸ਼ਨ ਦੇ ਲਈ ਸੋ ਜਿਹੜਾ ਇਹ K to 12 ਆ ਜਾਂ ਪੋਸਟ ਸੈਕੰਡਰੀ ਐਜੂਕੇਸ਼ਨ ਆ ਇਹ ਚੱਲ ਪਾਵੇਗੀ ਜੀ ਬਜਟ ਤੋਂ ਬਿਨਾਂ ਬਿਲਕੁਲ ਨਹੀਂ ਜੀ ਬਜਟ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਚੱਲਦਾ ਹੁੰਦਾ ਜਿਹੜੇ ਐਡਾ ਵੱਡਾ ਸਕੂਲ ਸਿਸਟਮ ਹੈ ਹਾਂਜੀ ਉਹਦੇ ਵਿੱਚ ਡੈਫੀਨੇਟਲੀ ਤੁਸੀਂ ਪਿਛਲੇ ਸਮੇਂ 'ਚ ਜਿਹੜਾ ਜਦੋਂ ਤੋਂ ਕੋਵਿਡ ਸ਼ੁਰੂ ਹੋਇਆ ਜੀ 2020 ਤੋਂ ਲਾ ਕੇ ਦੇਖ ਲਓ ਉਹਨੂੰ ਕੰਪੇਅਰ ਕੀਤਾ ਜਾ ਸਕਦਾ ਕਿ 25000 ਬੰਦਾ ਜਿਹੜਾ ਸੀਗਾ ਉਹ ਇੱਕ ਟਵੀਟ ਕਰਕੇ ਹੂੰ ਹੂੰ ਪਹਿਲਾਂ 2 ਦਿਨ ਪਹਿਲਾਂ ਉਹ ਇਸ ਗੱਲ ਦਾ ਦਾਵਾ ਕੀਤਾ ਗਿਆ ਵੀ ਅਸੀਂ ਸਪੋਰਟ ਕਰਦੇ ਹਾਂ ਐਜੂਕੇਸ਼ਨ ਸਿਸਟਮ ਨੂੰ ਜੀ ਅਸੀਂ ਹਰ ਠੰਗ ਦੇ ਨਾਲ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਾਂਗੇ ਪਰ 25000 ਬੰਦਾ ਇਹ ਕਹਿ ਕੇ ਕੱਢ ਦਿੱਤਾ ਇਹਦੀ ਹੁਣ ਲੋੜ ਨਹੀਂ ਹੈ ਫਿਰ ਇਹ ਕਹਿ ਦਿੰਦਾ ਵੀ ਇਹ ਇਸ ਕਰਕੇ ਕੱਢੇ ਨੇ ਟੈਂਪਰੇਰੀ ਲੇਆਫਸ ਨੇ ਜੀ ਜਦੋਂ ਹੀ ਕੋਵਿਡ ਤੋਂ ਬਾਅਦ ਜਾ ਜਿਹੜੇ ਸਕੂਲ ਪੋਸਟਪੋਨ ਕੀਤੇ ਹੋਇਆ ਗਿਆ ਕੋਵਿਡ ਕਰਕੇ ਹੂੰ ਜਦੋਂ ਇਹ ਸਕੂਲ ਲੱਗਣਗੇ ਉਦੋਂ ਹੀ ਉਹ ਹਾਰ ਕਰ ਲੈਣੇ ਆ ਜੀ ਤੇ ਉਹਦੇ ਤੋਂ ਬਾਅਦ ਜਿਸ ਕਿਸਮ ਦੇ ਇੱਥੇ ਹਾਲਾਤ ਬਣੇ ਨੇ ਕਿਸੇ ਨੂੰ ਹਾਰ ਨਹੀਂ ਕੀਤਾ ਗਿਆ ਜਿਸ ਸਟ੍ਰੈਸ ਦੇ ਵਿੱਚ ਪ੍ਰਿੰਸੀਪਲਸ ਟੀਚਰਸ ਨੇ ਕੰਮ ਕੀਤਾ ਉਹਨਾਂ ਨੂੰ ਪ੍ਰੋਪਰ ਜਿਹੜਾ ਉਹ ਸਪੋਰਟ ਨਹੀਂ ਪ੍ਰੋਵਾਈਡ ਕੀਤੀ ਗਈ ਜਿਹੜੀ ਸੋਸ਼ਲ ਡਿਸਟੈਂਸਿੰਗ ਦੀ ਸੀ ਸੇਫਟੀ ਮੀਜਰਸ ਸੀ ਜਿਹੜੀ ਸੈਨੀਟਾਈਜ਼ਰ ਸੀ ਆ ਉਹ ਪ੍ਰੋਵਾਈਡ ਨਹੀਂ ਕੀਤੀ ਗਈ ਉਹਦੇ ਚੋ ਜਿਸ ਟੰਗ ਨਾਲ ਨਿਕਲੇ ਨੇ ਜਿਸ ਟੰਗ ਨਾਲ ਉੱਥੇ ਜਿਹੜੇ ਆਊਟ ਬ੍ਰੇਕਸ ਹੋਈਆਂ ਸਕੂਲਾਂ ਦੇ ਵਿੱਚ ਉਹ ਅੱਜ ਦੀ ਡੇਟ 'ਚ ਵੀ ਕਾਫੀ ਆਊਟ ਬ੍ਰੇਕਸ ਹੋ ਰਹੀਆਂ ਹਨ ਸਕੂਲਸ ਦੇ ਵਿੱਚ ਕਾਫੀ ਕੇਸ ਨਵੇਂ ਆ ਰਹੇ ਨੇ ਬਿਲਕੁਲ ਬਿਲਕੁਲ ਜੀ ਦਾ ਐਸਾ ਨੇ ਜੀ ਤੇ ਅ ਜਦੋਂ ਹੁਣ ਪਿਛਲੇ ਸਾਲ ਕੋਈ 19000 ਮੇਰਾ ਖਿਆਲ ਸਟੂਡੈਂਟਸ ਜਾਂ 18000 ਮੈਨੂੰ ਐਗਜ਼ੈਕਟਲੀ ਰਿਮੈਂਬਰ ਨਹੀਂ ਆ ਟੌਪ ਆਫ ਮਾਈ ਹੈਡ ਉਸ ਵੇਲੇ ਮੈਂ ਇੱਕ ਸਕੂਲ ਦੇ ਵਿੱਚ ਗਿਆ ਸੀਗਾ ਤੇ ਬੱਚੇ ਪੁੱਛਦੇ ਆ ਤੁਸੀਂ ਕੀ ਕਰਦੇ ਹੋ ਅੱਛਾ ਜੀ ਐਮ ਐਲ ਏ ਕੀ ਕਰਦਾ ਹੁੰਦਾ ਤੇ ਮੈਂ ਉਹਨਾਂ ਨੂੰ ਦੱਸਦਾ ਵੀ ਐਮ ਐਲ ਏ ਬੇਸਿਕਲੀ ਤੁਸੀਂ ਉਹਨੂੰ ਲਾਅ ਮੇਕਰ ਕਹਿ ਸਕਦੇ ਹੋ ਅ ਦੂਜਾ ਆ ਜਾਂਦਾ ਵੀ ਉਹਨੇ ਥੱਲੇੋਂ ਸਿੱਖਣਾ ਆਂਦਾ ਲੋਕਾਂ ਤੋਂ ਜਿਵੇਂ ਮੈਂ ਤੁਹਾਡੀ ਕਲਾਸ 'ਚ ਆਇਆ ਤੁਸੀਂ ਮੈਨੂੰ ਕੀ ਕਹਿਣਾ ਫੀਡਬੈਕ ਲੈਣ ਦੇ ਫੀਡਬੈਕ ਲੈਂਦੇ ਹਾਂ ਜੀ ਤਾਂ ਇੱਕ ਛੋਟਾ ਜਿਹਾ ਬੱਚਾ 6th ਗ੍ਰੇਡ ਦੀ ਜੀ ਕੁੜੀ ਉਹ ਕਹਿੰਦੀ ਮੈਂ ਤੁਹਾਨੂੰ ਇਹ ਕਹਿਣਾ ਸੀਗਾ ਕਿ ਪਿਛਲੇ ਸਾਲ ਅਸੀਂ ਇੱਕ ਹੋਰ ਆਪਣੇ ਜਿਹੜੇ ਰੂਮ ਦੇ ਵਿੱਚ ਹੁੰਦੇ ਸੀਗੇ ਹੁਣ ਸਾਨੂੰ ਇਸ ਰੂਮ 'ਚ ਲੈ ਆਂਦਾ ਤੇ ਇਹ ਰੂਮ ਬਹੁਤ ਕਰਾਊਡਡ ਹੈ ਅੱਛਾ ਜੀ ਤੇ ਹੁਣ ਜਦੋਂ ਮੈਂ ਉੱਠਦੀ ਆਂ ਤੇ ਮੇਰੀ ਬਾਹ ਕੀ ਪਿਛਲੇ ਡਿਸਕ 'ਚ ਲੱਗਦੀ ਜਾ ਕੇ ਹਾਂ ਮੇਰੇ ਤੋਂ ਉੱਠ ਕੇ ਖੜੀ ਵੀ ਨਹੀਂ ਹੁੰਦਾ ਇਹ ਇੰਪੈਕਟ ਪੈਂਦਾ ਥੱਲੇ ਤੱਕ ਤੁਸੀਂ ਅੰਦਾਜ਼ਾ ਲਾ ਸਕਦੇ ਟੀਚਰ ਕਿਹੜੇ ਸਰਕਮਸਟੈਂਸਸ ਵਿੱਚ ਕੰਮ ਕਰਦੇ ਨੇ ਤੇ ਦੂਸਰੀ ਗੱਲ ਇਹ ਆ ਨਾਲ ਦੀ ਨਾਲ ਜਿਹੜੀ ਆ ਐਕਸੈਸ ਐਜੂਕੇਸ਼ਨ ਦਾ ਜੀ ਆ ਇੰਨੀਆਂ ਜ਼ਿਆਦੀਆਂ ਯਾਨੀ ਕਿ ਆਪਣੀ ਕਮਿਊਨਿਟੀ ਚੋਂ ਆਪਣੇ ਏਰੀਆ ਚੋਂ ਆਪਣੇ ਆਲੇ ਦੁਆਲੇ ਦੇ ਏਰੀਆ ਚੋਂ ਲੋਕ ਜਿਹੜੇ ਫੋਨ ਕਰਕੇ ਇਸ਼ੂ ਆ ਉਹਨਾਂ ਦੇ ਜੀ ਪਿਓ ਉਹ ਦੋ ਬਲਾਕ ਤੇ ਰਹਿੰਦੀਆਂ ਸਕੂਲ ਤੋਂ ਬਿਲਕੁਲ ਇੱਧਾ ਕ੍ਰੋਸ ਦਾ ਸਟਰੀਟ ਰਹਿੰਦੇ ਨੇ ਉਹਨਾਂ ਦੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਮਿਲਦਾ ਕਿਉਂਕਿ ਉੱਥੇ ਰਿਸੋਰਸਸ ਨਹੀਂ ਆਗੇ ਪੂਰੇ ਉਹਨਾਂ ਦੀ ਕਪੈਸਿਟੀ ਜਿਹੜੀ ਭਰ ਜਾਂਦੀ ਹੈ ਬਿਲਕੁਲ ਮੈਂ ਤਾਂ ਹੀ ਕਹਿਆ ਜੀ ਕਿ 20000 ਨਵੇਂ ਬੱਚਾ ਐਸਟੀਮੇਟ ਆ ਰਿਹਾ ਤੁਹਾਨੂੰ ਕਮਰਿਆਂ ਦੀ ਲੋੜ ਆ ਇਨਫਰਾਸਟ੍ਰਕਚਰ ਦੀ ਲੋੜ ਆ ਨਵੇਂ ਟੀਚਰਸ ਦੀ ਲੋੜ ਆ ਜਿਹੜੇ ਅਸਿਸਟੈਂਟ ਟੀਚਰਸ ਹੁੰਦੇ ਉਹਨਾਂ ਦੀ ਲੋੜ ਆ ਸੋ ਉਸੇ ਬਜਟ ਦੇ ਵਿੱਚ ਕਿਵੇਂ ਗੁਜ਼ਾਰਾ ਕਰਾਂਗੇ ਆਪਾਂ ਬਿਲਕੁਲ ਗੁਜ਼ਾਰਾ ਨਹੀਂ ਹੋਊਗਾ ਜੀ ਇਹ ਤਾਂ ਨੁਕਸਾਨ ਹੋਊਗਾ ਪਹਿਲਾਂ ਵੀ ਜਿਹੜੇ ਕਲਾਈਂਟ ਸਾਹਿਬ ਸੀਗੇ ਜੀ ਉਹਨਾਂ ਨੇ ਬਹੁਤ ਵੱਡੀ ਸੱਟ ਮ ਆਪਣੀ ਤੁਲਨਾ ਵੀ ਉਹਨਾਂ ਨਾਲ ਹੀ ਕੀਤੀ ਸੀ ਜੀ ਦੇਖੋ ਜੀ ਘੱਟ ਤਾਂ ਮੈਂ ਲਾਉਂਗਾ ਪਰ ਉਹ ਕਲਾਈਂਟ ਸਾਹਿਬ ਵਰਗੇ ਨਹੀਂ ਹੋਣਗੇ ਪਰ ਅੰਡ ਦੇ ਕਲਾਈਂਟ ਉਹਨਾਂ ਨਾਲੋਂ ਵੀ ਅੱਗੇ ਲੰਘ ਗਏ ਨੇ ਉਹ ਉਹਨਾਂ ਨੂੰ ਪਤਾ ਪਰ ਬਿਸ਼ਰਮੀ ਦੀ ਕੋਈ ਹੱਦ ਨਹੀਂ ਹੁੰਦੀ ਮੇਰੇ ਖਿਆਲ ਨਾਲ ਬਿਲਕੁਲ ਨਾਲ ਦੀ ਨਾਲ ਜਿਹੜਾ ਉਹਨਾਂ ਨੇ ਹਰ ਐਡਵਾਂਸ এডੂਕੇਸ਼ਨ ਜਿਹਨੂੰ ਇੱਥੇ ਕਹਿੰਦੇ ਆ ਉਹਦੇ ਤੇ ਜਿੱਡਾ ਵੱਡਾ 100 ਮਿਲੀਅਨ ਦੇ ਕਰੀਬ ਉੱਤੇ ਕੱਟ ਲਾਇਆ ਜੀ 7.23% ਇਨਕਰੀਜ਼ ਪਿਛਲੇ ਸਾਲ ਕੀਤੀ ਸੀ 2020 ਚ ਜੀ ਇੰਨੀ ਹੀ ਔਨ ਕਰਦੀ ਆ 15% ਦੇ ਕਰੀਬ ਜਿਹੜੀ ਇਨਕਰੀਜ਼ ਬਣ ਗਈ ਆ ਬੇਸਿਕਲੀ ਚਾਹੁੰਦੇ ਆ ਹੂੰ ਤੇ ਐਜੂਕੇਸ਼ਨ ਜਿਹੜੀ ਉਹ ਆਮ ਲੋਕਾਂ ਦੀ ਪਹੁੰਚ ਨਾ ਹੋਵੇ ਜੀ ਆ ਕੋ ਸਿਲੈਕਟਿਵ ਲੋਕ ਜਿਹੜੇ ਨੇ ਹੂੰ ਉਹੀ ਉੱਥੇ ਤੱਕ ਪੜ੍ਹ ਸਕਣ ਪਹੁੰਚ ਸਕਣ ਤੇ ਉਹਦੇ ਤੋਂ ਬਾਅਦ ਜਿਹੜਾ ਆ ਸਾਡੇ ਲਈ ਕੋਈ ਜ਼ਿੰਮੇਵਾਰੀ ਦਾ ਕੰਮ ਨਾ ਹੋਵੇ ਇਹਨਾਂ ਲਈ ਨੌਕਰੀਆਂ ਪੈਦਾ ਕਰਨੀਆਂ ਕਿ ਨਹੀਂ ਕਰਨੀਆਂ ਕਿਉਂਕਿ ਇਹ ਅਲਵਾਟਾ ਦੇ ਅੰਦਰ ਬਹੁਤ ਵੱਡਾ ਇਸ਼ੂ ਆ ਜਿਹੜਾ ਜੂਥ ਆ ਜਿਹੜਾ ਸਟੂਡੈਂਟ ਆ ਇਥੋਂ ਗ੍ਰੈਜੂਏਟ ਹੋ ਰਿਹਾ ਤੇ ਉਹ ਕੀ ਕਰੇ ਉਹ ਲਗਾਤਾਰ ਇਤਿਬਾਰ ਜਾ ਰਿਹਾ ਉਹਨਾਂ ਦੀ ਹਿਜਰਤ ਹੋ ਰਹੀ ਜੀ ਕੈਲਗਰੀ ਲਾ ਲਓ ਤੁਸੀਂ ਇੱਥੇ ਲਾ ਲਓ ਤੇ ਕਾਫੀ ਪਲਾਨ ਹੋ ਰਿਹਾ ਬੱਚਿਆਂ ਦਾ ਬਹੁਤ ਬਹੁਤ ਪਲਾਨ ਹੋ ਰਿਹਾ ਮੇਰੇ ਆਪਣੇ ਬੱਚੇ ਨੇ ਉਹਨਾਂ ਲਈ ਇੱਥੇ ਜੌਬ ਨਹੀਂ ਹੈ ਉਹ ਮੈਂ ਐਮਬੈਸਡਰ ਰੱਖੇ ਹੋਏ ਨੇ ਜੀ ਕੋਈ ਵੇਟ ਕਰੋ ਜੌਬਾਂ ਉਹਨਾਂ ਨੂੰ ਲੱਭਦੀਆਂ ਬੀਸੀ ਚ ਲੱਭਦੀਆਂ ਟ੍ਰਾਂਟੋ ਲੱਭਦੀਆਂ ਜੀ ਔਰ ਯੂ ਐਸ ਦੇ ਵਿੱਚ ਲੱਭਦੀਆਂ ਕਿਉਂਕਿ ਟੈਕਨੋਲੋਜੀ ਦੇ ਵਿੱਚ ਇਹਨਾਂ ਨੇ ਪੈਸੇ ਇਨਵੈਸਟ ਨਹੀਂ ਕੀਤਾ ਕਿਤੇ ਬਿਲਕੁਲ ਔਰ ਇਸੇ ਤਰ੍ਹਾਂ ਜੀ ਅਲਬਰਟਾ ਟੀਚਰ ਐਸੋਸੀਏਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਜੈਸਨ ਛਿਲਿੰਗ ਉਹਨ ਕਿ ਕੁਝ ਡਾਕੂਮੈਂਟਸ ਹੁੰਦੇ ਨੇ ਜਿਨ੍ਹਾਂ ਦੇ ਬੇਸ ਤੇ ਸਾਨੂੰ ਪਤਾ ਲੱਗਦਾ ਕਿ ਸਕੂਲਸ ਨੂੰ ਜਾਂ ਜਿਹੜਾ ਬੋਰਡ ਹੈਗੇ ਉਹਨਾਂ ਨੂੰ ਕੀ ਕੀ ਮਿਲਣਾ ਸੋ ਉਹਨਾਂ ਨੇ ਜ਼ਿਕਰ ਕੀਤਾ ਕਿ ਇੱਕ ਹੁੰਦਾ ਜੀ ਸਕੂਲ ਫੰਡਿੰਗ ਮੈਨੂਅਲ ਇਸੇ ਤਰ੍ਹਾਂ ਇੱਕ ਸਕੂਲ ਜੂਰਡਿਕਸ਼ਨ ਫੰਡਿੰਗ ਪ੍ਰੋਫਾਈਲ ਹੁੰਦਾ ਸੋ ਉਹ ਡਾਕੂਮੈਂਟ ਅਜੇ ਤੱਕ ਅਲਬਰਟਾ ਸਰਕਾਰ ਨੇ ਬਜਟ ਦੇ ਵਿੱਚ ਨਹੀਂ ਰਿਵੀਲ ਕੀਤੇ ਜਿਹੜੇ ਕਿ ਬਜਟ ਵਾਲੇ ਦਿਨ ਕਰਨੇ ਚਾਹੀਦੇ ਸੀ ਸੋ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕੀ ਪਲੈਨਿੰਗ ਹੋ ਸਕਦੀ ਹੈ ਗਵਰਨਮੈਂਟ ਦੀ ਉਹਦੇ ਵਿੱਚ ਉਹ ਠੀਕ ਸੀ ਜਿਹੜਾ ਜੈਸਨ ਚਲੇਗਾ ਉਹਨਾਂ ਨੇ ਬਿਆਨ ਦਿੱਤਾ ਕਿ ਰੈਫਰੈਂਸ ਤੁਸੀਂ ਹੋਰ ਦਿੱਤੇ ਨੇ ਜੀ ਤੇ ਬੇਸ ਤੁਸੀਂ ਕਿਸੇ ਹੋਰ ਚੀਜ਼ ਨੂੰ ਬਣਾਇਆ ਸੀਗਾ ਉਹਨਾਂ ਨੇ ਉਹਨਾਂ ਤੋਂ ਉਹਨਾਂ ਦੀ ਕਲੈਰਿਟੀ ਮੰਗੀ ਆ ਕਲੈਰਿਟੀ ਉਹਨਾਂ ਕੋਲ ਹੈ ਨਹੀਂ ਹਮਮ ਕਲੈਰਿਟੀ ਮੈਸੇਜ ਉਹਨਾਂ ਦੀ ਆਬਲੀਗੇਸ਼ਨ ਹੁੰਦੀ ਆ ਦੇਖੋ ਕਿਵੇਂ ਦਿੰਦੇ ਆ ਕਿਉਂਕਿ ਜਦੋਂ ਉਹਨਾਂ ਨੇ ਫਿਸਕਲ ਅਪਡੇਟ ਕਰਨੀ ਸੀ ਜੀ ਪਿਛਲੇ ਸਾਲ ਜੂਨ ਦੇ ਵਿੱਚ ਜੂਨ ਤੋਂ ਲੈ ਜਾਂਦੇ ਲੈ ਜਾਂਦੇ ਅਗਸਤ ਸਤੰਬਰ ਤੱਕ ਪਤਾ ਨਹੀਂ ਕਿੱਥੇ ਤੱਕ ਉਹ ਜਿਹੜਾ ਆਪਣੀ ਮੈਜੋਰਟੀ ਹਾਊਸ ਦੇ ਵਿੱਚ ਯੂਜ਼ ਕਰਦੇ ਆ ਹਮਮ ਉਹ ਲੱਗਿਆ ਸੀ ਫਿਰ ਉਹਨਾਂ ਨੇ ਬੜੇ ਕਦੇ ਕਿਸੇ ਦਾ ਕਿਸੇ ਕਿਸੇ ਡਿਪਾਰਟਮੈਂਟ ਦਾ ਜਾਂ ਮੈਨੂੰ ਉਹਨਾਂ ਐਗਜ਼ੈਕਟਲੀ ਯਾਦ ਨਹੀਂ ਉਹ ਜਿਹੜਾ ਕਿਹੜੇ ਡਿਪਾਰਟਮੈਂਟ ਦਾ ਹਵਾਲਾ ਦਿੰਦੇ ਸੀ ਮੈਂ ਤੁਹਾਡੇ ਚੈਨਲ ਤੇ ਮੈਂਸ਼ਨ ਕਰਕੇ ਗਿਆ ਸੀ ਮੁਰਗੇ ਜਦੋਂ ਉਹਨਾਂ ਨੂੰ ਅਸੀਂ ਉਹ ਰਿਕੁਐਸਟ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਸਾਡਾ ਨਾਂ ਕਿਉਂ ਵਰਤਿਆ ਜਾ ਰਿਹਾ ਅਸੀਂ ਤਾਂ ਤਿਆਰ ਕੀਤੀ ਨੂੰ 2 ਮਹੀਨੇ ਹੋ ਗਏ ਇਹਦੇ ਤੇ ਪਈ ਆ ਇਹਦੇ ਤਿੰਨ ਜਾ ਰਹੀ ਸੋ ਸਰਕਾਰ ਵੱਲੋਂ ਜਾਣ ਬੁੱਝ ਕੇ ਜਿਹੜੀਆਂ ਵਾਂ ਡਿਸਕਲੋਜ਼ ਨਹੀਂ ਕੀਤੀਆਂ ਜਾ ਰਹੀਆਂ ਪਾਲਿਸੀਸ ਬਿਲਕੁਲ ਤੇ ਆਪਣੇ ਜੀ ਅਲਬਰਟਾ ਦੇ ਦੋ ਮੁੱਖ ਸ਼ਹਿਰ ਨੇ ਕੈਲਗਰੀ ਐਂਡ ਐਡਮੰਟਨ ਇਹਨਾਂ ਦੋਨਾਂ ਸ਼ਹਿਰ ਦੇ ਜਿਹੜੇ ਮੇਅਰ ਨੇ ਉਹ ਬਹੁਤ ਤੇ ਖੁਸ਼ ਨਹੀਂ ਨਜ਼ਰ ਆਏ ਇਸ ਬਜਟ ਤੋਂ ਜੇਕਰ ਅਪ ਐਡਮੰਟਨ ਦੇ ਮੇਅਰ ਦੀ ਗੱਲ ਕਰੀਏ ਡੌਨ ਐਵੈਸਨ ਤੇ ਕੈਲਗਰੀ ਦੇ ਮੇਅਰ ਨਾਹਿਦ ਨੈਂਸੀ ਇਹਨਾਂ ਨੇ ਕਿਹਾ ਕਿ ਜਿਹੜਾ ਇੱਕ ਸਟਰੋਂਗ ਐਡਮੰਟਨ ਐਂਡ ਸਟਰੋਂਗ ਕੈਲਗਰੀ ਰੀਅਲੀ ਬੈਨੀਫਿਟਸ ਦੀ ਐਵਰੀ ਅਲਬਰਟਨ ਕਿ ਅਗਰ ਤਗੜਾ ਹੋਊਗਾ ਤੇ ਸਾਰਿਆਂ ਨੂੰ ਫਾਇਦਾ ਪਰ ਇਹ ਦੋਨੋਂ ਸ਼ਹਿਰ ਇਲਜ਼ਾਮ ਲਗਾ ਰਹੇ ਨੇ ਕਿ ਮਿਊਸਿਪੈਲਿਟੀਆਂ ਦੇ ਲਈ ਖਾਸ ਕਰਕੇ ਜਿਹੜੇ ਹੋਮਲੈਸ ਪੀਪਲ ਨੇ ਉਹਨਾਂ ਦੀ ਜਿਹੜੀ ਖਾਸ ਕਰਕੇ ਸਰਦੀਆਂ ਦੇ ਦਿਨਾਂ ਦੇ ਵਿੱਚ ਵਿਵਸਥਾ ਕਰਨੀ ਹੁੰਦੀ ਹੈ ਉਹਨੂੰ ਲੈ ਕੇ ਜਾਂ ਮੈਂਟਰਲ ਹੈਲਥ ਨੂੰ ਲੈ ਕੇ ਜਾਂ ਹੋਰ ਇਹੋ ਜਿਹੇ ਕਾਫੀ ਮੁੱਦੇ ਨੇ ਉਹਨਾਂ ਵਾਸਤੇ ਕੋਈ ਖਾਸ ਪ੍ਰਬੰਧ ਜਿਹੜੇ ਨਹੀਂ ਕੀਤੇ ਗਏ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਪਹਿਲਾਂ ਜੀ ਜਦੋਂ ਆਏ ਨੇ ਸਰਕਾਰ ਦੇ ਵਿੱਚ ਇਹਨਾਂ ਨੇ ਆਉਂਦਿਆਂ ਜਿਹੜਾ ਸਿਟੀ ਚਾਰਟਰ ਹੈ ਨਾ ਉਹਦੀ ਲੰਘਣਾ ਕੀਤੀ ਉਹਨਾਂ ਨੂੰ ਬਾਈਪਾਸ ਕੀਤਾ ਤੇ ਉਹਨੂੰ ਮੰਨਣ ਤੋਂ ਇਨਕਾਰ ਕਰਦੇ ਆਂ ਜਿਸ ਢੰਗ ਦੇ ਨਾਲ ਸਿਟੀਜ਼ ਨਾਲ ਡੀਲ ਕੀਤੀ ਨਾ ਨੇ ਉਸ ਵੇਲੇ ਉਹਨਾਂ ਦੇ ਮੇਜਰ ਪ੍ਰੋਜੈਕਟ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਉਹ ਅੱਜ ਤੱਕ ਵੀ ਪ੍ਰਭਾਵਿਤ ਨੇ ਜਿਵੇਂ ਗ੍ਰੀਨ ਲਾਈਨਸ ਦਾ ਕੈਲਗਰੀ ਚਾਹ ਤੇ ਐਲ ਆਰਟੀ ਦਾ ਜੀ ਤੇ ਉਹਦੇ ਤੋਂ ਵੀ ਅੱਗੇ ਮੈਂ ਤੁਹਾਨੂੰ ਬਹੁਤ ਨੇੜਿਓਂ ਗੱਲ ਦੱਸਦਾ ਵੀ ਥੋੜੇ ਦਿਨਾਂ ਦੀ ਰਿਪੋਰਟ ਹੈ ਕਿ ਇੱਕ ਐਲ ਆਰਟੀ ਸਟੇਸ਼ਨ ਦੇ ਉੱਤੇ ਪੁਲਿਸ ਨੂੰ ਪੁਲਿਸ ਜਿੱਥੇ ਦੇਖੀ ਗਈ ਕੈਮਰੇ ਚ ਰਿਕਾਰਡ ਕਰ ਲਿਆ ਕਿਸੇ ਨੇ ਵੀ ਉਹ ਜਿਹੜੇ ਹੋਮਲੈਸ ਪੀਪਲ ਸੀਗੇ ਉਹਨਾਂ ਨੂੰ ਜ਼ਬਰਨ ਬਾਹਰ ਕੱਢਿਆ ਗਿਆ ਉਤੋਂ ਬਿਲਕੁਲ ਤੇ ਥੋੜੇ ਦਿਨ ਪਹਿਲਾਂ ਹੀ ਇਹੋ ਜਿਹੜੇ ਐਡਮਿੰਟਨ ਦੇ ਮੇਅਰ ਨੇ ਆਈਵਸਨ ਹਮਮ ਉਹਨਾਂ ਨੇ ਇੱਕ ਵੱਡੀ ਸਟੇਟਮੈਂਟ ਉਹਨਾਂ ਦਾ ਬਿਆਨ ਆਇਆ ਸੀਗਾ ਇੱਥੇ মিডিਆ ਦੇ ਵਿੱਚ ਅਖਬਾਰਾਂ ਦੇ ਵਿੱਚ ਵੀ ਵਾਅਦਾ ਕਰ ਰਹੇ ਸੀ ਵੀ ਬੈਡਲ ਦੀ ਫੰਡਿੰਗ ਸਾਨੂੰ ਆਈ ਆ ਤੇ 5.7 ਮਿਲੀਅਨ ਈਅਰਮਾਰਕ ਐਨੂਲੀ ਕਰਨ ਲਈ ਕਹਿ ਰਹੀ ਸੀ ਪ੍ਰੋਵਿੰਸ਼ਲ ਗਵਰਨਮੈਂਟ ਨੂੰ ਜਿਹੜੀ ਉਹਨਾਂ ਨੇ ਰਿਕਵੈਸਟ ਕੀਤੀ ਸੀ ਵੀ ਜੇ ਉਹ ਕਰਨ ਤੇ ਜਿਹੜੇ 80 ਯੂਨਿਟ ਉਹਨਾਂ ਦੇ ਬਣ ਰਹਾ ਹੈ ਤੇ 131 31 ਯੂਨਿਟ ਦੇ ਕੁਝ ਹੋਰ ਪਲਾਨ ਨੇ ਜੀ ਉਹ ਕੰਪਲੀਟ ਹੋਣਗੇ ਤੇ ਉਹ ਜਿਹੜੇ ਆਪਰੇਸ਼ਨਲ ਹੋ ਜਾਣਗੇ ਉਹਨਾਂ ਦੀ ਹੈਲਥ ਦੀ ਲੋੜ ਹੈ ਜੀ ਤੇ ਇਸ ਵੇਲੇ ਜਿਹੜਾ ਇਹ ਬਜਟ ਆਇਆ ਇਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ 5.7 ਉਹ ਜਿਹੜਾ ਮਿਲੀਅਨ ਐਨੂਲੀ ਛੱਡ ਕੇ ਤਾਂ ਇੱਥੇ ਕੱਟ ਲਾਤੇ ਬਹੁਤ ਵੱਡੇ ਵੱਡੇ ਜੀ ਹੋਮਲੈਸਨੈਸ ਜਿਹੜੀ ਆ ਉਹਦੇ ਤੇ 55 ਮਿਲੀਅਨ ਦਾ ਸੋਸ਼ਲ ਹਾਊਸਿੰਗ ਹਾਊਸਿੰਗ ਤੇ ਹਮ ਆਈ ਬਲੀਵ ਮੇਰੇ ਕੋਲ ਅੰਕੜੇ ਨਹੀਂ 100 ਮਿਲੀਅਨ ਤੋਂ ਉੱਤੇ ਦਾ ਜਿਹੜਾ ਕੱਟ ਲੱਗਾ ਹੈ ਇਸ ਵੇਲੇ ਅੱਛਾ ਜੀ ਤੇ ਸਿੱਧੀ ਖੁਸ਼ ਕਿੱਥੋਂ ਹੋ ਸਕਦੀ ਆ ਬਿਲਕੁਲ ਯਾ ਜਿਹੜੀ ਕੁਆਲਿਟੀ ਆਫ ਲਾਈਫ ਆ ਇਹਦੇ ਤੋਂ ਬਿਨਾ ਤੁਸੀਂ ਨਾ ਤਾਂ ਇੱਥੇ ਜਿਹੜੀ ਲੇਬਰ ਆ ਜੀ ਨਾ ਜਿਹੜੇ ਬਾਹਰੋਂ ਆਉਣ ਵਾਲੇ ਇਮੀਗਰੈਂਟ ਆ ਨਾ ਜਿਹੜਾ ਇੱਥੇ ਦਾ ਟੈਲੈਂਟ ਆ ਉਹਨੂੰ ਅਟਰੈਕਟ ਕਰ ਸਕਦੇ ਨਾ ਤੁਸੀਂ ਲੋਕਾਂ ਨੂੰ ਇੱਥੇ ਰੱਖ ਸਕਦੇ ਆ ਤੇ ਨਾ ਹੀ ਇੱਥੇ ਦੀ ਜਿਹੜੀ ਇਕਨੋਮੀ ਆ ਉਹਨੂੰ ਉਹਦੇ ਤੋਂ ਬਿਨਾਂ ਕੋਈ ਤੁਸੀਂ ਆਸ ਕਰ ਸਕਦੇ ਆ ਭਈ ਉਹ ਅੱਗੇ ਵਧੂਗੀ ਜਾਂ ਉਹਦੇ ਨਾਲ ਕੋਈ ਉਹਦੀ ਹੈਲਪ ਹੋਊਗੀ ਜੀ ਇਸੇ ਤਰ੍ਹਾਂ ਜੀ ਜਿਹੜੇ ਆਪਣੇ ਐਡਮਿੰਟਨ ਦੇ ਮੇਅਰ ਨੇ ਉਹਨਾਂ ਨੇ ਇੱਕ ਹੋਰ ਗੱਲ ਕਹੀ ਕਿ ਡੂ ਟੂ ਕੋਵਿਡ ਕਹਿ ਲੋ ਜਾਂ ਜੋ ਮੌਜੂਦਾ ਹਾਲਾਤ ਨੇ ਅਨਪਲੋਇਮੈਂਟ ਦਾ ਰੇਟ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਸ਼ਹਿਰ ਦੇ ਵਿੱਚ ਜਿਹੜੇ ਬਿਜ਼ਨਸ ਸੀਗੇ ਉਹ ਬੰਦ ਹੋਣ ਦੇ ਕਿਨਾਰੇ ਖੜੇ ਨੇ ਔਰ ਜਿਹੜਾ ਡਾਊਨ ਟਾਊਨ ਦਾ ਕੋਰ ਏਰੀਆ ਉਹ ਬਿਲਕੁਲ ਖਾਲੀ ਪਿਆ ਸੋ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਬਹੁਤ ਆਸਾਂ ਸੀਗੀਆਂ ਇਸੇ ਤਰ੍ਹਾਂ ਉਹਨਾਂ ਨੂੰ ਲੱਗਦਾ ਸੀ ਕਿ ਇਨਫਰਾਸਟ੍ਰਕਚਰ ਜਿਵੇਂ ਕਿ ਕਈ ਵਾਰੀ ਜਿੱਦਾਂ ਆਪਣੇ ਸਕੂਲਾਂ ਦੀਆਂ ਜਾਂ ਜਿਹੜੀਆਂ ਸਰਕਾਰੀ ਬਿਲਡਿੰਗਾਂ ਦੀਆਂ ਰੂਪ ਸਰਪੇਅਰ ਹੋਣ ਵਾਲੀਆਂ ਹੁੰਦੀਆਂ ਰੈਕ ਸੈਂਟਰ ਦੀਆਂ ਹੋਣ ਵਾਲੀਆਂ ਲਾਇਬ੍ਰੇਰੀਜ਼ ਦੇ ਵਿੱਚ ਮਾਡਰਨਾਈਜੇਸ਼ਨ ਕਰਨ ਦੀ ਲੋੜ ਹੁੰਦੀ ਆ ਸੋ ਇਹਨਾਂ ਸਾਰਿਆਂ ਦੇ ਬਾਬਤ ਕੋਈ ਵੀ ਇਦਾਂ ਦਾ ਜਿਹੜਾ ਬਜਟ ਦੇ ਵਿੱਚ ਤਸਵੀਜ਼ ਨਹੀਂ ਰੱਖੀ ਗਈ ਇਸੇ ਤਰ੍ਹਾਂ ਨੈਨਸੀ ਜੀ ਨੇ ਕਿਹਾ ਕਿ ਪ੍ਰੋਵਿੰਸ ਦੇ ਕੋਲ ਬੜੀ ਵਧੀਆ ਓਪਰਚ्युनिटी ਸੀ ਕਿ ਜਿਹੜਾ ਅਲਬਰਟਾ ਦਾ ਪੋਸਟ ਪੈਂਡੈਮਿਕ ਮਾਹੌਲ ਹੋਊਗਾ ਉਹਦੇ ਵਾਸਤੇ ਕੀ ਰੋਡ ਮੈਪ ਆ ਇਹ ਸਾਰੀਆਂ ਚੀਜ਼ਾਂ ਸਰਕਾਰ ਨੇ ਬਜਟ ਦੇ ਵਿੱਚ ਨਹੀਂ ਪੇਸ਼ ਕੀਤੀਆਂ ਸੋ ਇਹ ਵੀ ਇੱਕ ਬਿਗ ਕੰਸਰਨ ਆ ਜੀ ਅਨ ਬਿਲਕੁਲ ਜੀ ਮੈਂ ਜਿਵੇਂ ਪਹਿਲਾਂ ਬੋਲਦੇ ਆ ਕਿਹਾ ਸੀਗਾ ਆਪਣੀ ਓਪਨਿੰਗ ਸਟੇਟਮੈਂਟ ਦੇ ਵਿੱਚ ਜੀ ਤੇ ਇਹ ਹੈ ਜਿਹਨਾਂ ਦੀ ਸ਼ਾਰਟ ਵਿਜ਼ਨਿੰਗ ਆ ਹਮ ਸਟਿਮਲਸ ਪੈਕੇਜ ਹੈ ਹੀ ਨਹੀਂ ਬਿਲਕੁਲ ਜੇ ਕੋਈ ਹੈਗਾ ਵੀ ਆ ਤੇ ਉਹ ਇੰਨਾ ਜ਼ਿਆਦਾ ਛੋਟਾ ਆ 500 ਮਿਲੀਅਨ ਡਾਲਰ ਰੱਖਿਆ ਜੀ ਉਹਨਾਂ ਨੇ ਅ ਕੁੱਲ ਮਿਲਾ ਕੇ ਅਜੇ ਇਹਦੇ ਤੇ ਹੋਰ ਵਰਕ ਹੋ ਸਕਦਾ ਜੀ ਆ ਜਿਹੜੇ ਐਕਸਪਰਟਸ ਨੇ ਉਹਨਾਂ ਦੀ ਹੈਲਪ ਲੈਣੀ ਪੈਂਦੀ ਆ ਜੀ ਜੇ ਸਾਰੇ ਪ੍ਰੋਜੈਕਟ ਕਾਊਂਟ ਕਰ ਲਿਆ ਜਾਣ ਮੈਨੂੰ ਕਿਸੇ ਨੇ ਕਿਹਾ ਸੀਗਾ ਜਦੋਂ ਮੈਂ ਕਿਸੇ ਐਕਸਪਰਟ ਨਾਲ ਗੱਲ ਕਰ ਰਿਹਾ ਸੀ ਬੈਠ ਕੇ ਅੰਡਰਸਟੈਂਡ ਕਰਨ ਦੀ ਜੀ ਉਹ ਦੇਖਣਾ ਪੈ ਰਿਹਾ ਸੀ ਕਿਹੜੇ ਪ੍ਰੋਜੈਕਟ ਚੱਲ ਰਹੇ ਨੇ ਕਿਹੜੇ ਕਿੱਥੇ ਪਹੁੰਚੇ ਹੋਏ ਨੇ ਤੇ ਸ਼ਾਇਦ 200 ਮਿਲੀਅਨ ਵੀ ਨਹੀਂ ਬਣਦਾ ਹੈਗਾ ਠੀਕ ਹੈ ਜੀ ਤੇ ਇਹ ਉਹਨਾਂ ਨੇ ਰੱਖਿਆ ਜਿਹਨੂੰ ਉਹ ਕਹਿੰਦੇ ਸਟਿਮੂਲਸ ਪੈਕੇਜ ਬੇਸਿਕਲੀ ਸਿਰਫ ਕੈਪੀਟਲ ਸਪੈਂਡਿੰਗ ਲਈ ਜਿਹੜੇ ਪੈਸੇ ਰੱਖੇ ਨੇ ਜੀ ਉਹਨਾਂ ਦਾ ਤੁਸੀਂ ਕਿੰਨੇ ਸਾਲਾਂ ਲਈ ਜਿਹੜੇ ਪੈਸੇ ਨੇ ਕਿੱਡੇ-ਕੱਡੇ ਪ੍ਰੋਜੈਕਟ ਨੇ ਕਿੱਡੀ ਦੂਰ ਤੱਕ ਜਾ ਸਕਦੀਆਂ ਤੇ ਸ਼ਾਰਟ ਵਿਜ਼ਨ ਨੇ ਇਹਦੇ ਸਿੱਟੇ ਦਾ ਡੈਫੀਨੇਟਲੀ ਮਾੜੇ ਭੁਗਤਣੇ ਪੈਣਗੇ ਤੇ ਹੱਲ ਲੋਕਾਂ ਕੋਲ ਹੀ ਆ ਜਿਹੜੀ ਅਵੇਅਰਨੈਸ ਐਜੂਕੇਸ਼ਨ ਤੇ ਆਪਣੇ ਐਮ.ਐਲ.ਏ ਤੇ ਆਪਣੇ ਜਿਹੜੀ ਸਰਕਾਰ ਉਹਨਾਂ ਨੂੰ ਹਰ ਪੱਧਰ ਦੇ ਉੱਤੇ ਜਿੱਥੇ ਵੀ ਤੁਸੀਂ ਸੋਸ਼ਲ ਮੀਡੀਆ ਦੇ ਬੈਠੇ ਹੋ ਜਾਂ ਤੁਸੀਂ ਪਰਸਨਲੀ ਕਿਸੇ ਨੂੰ ਅਪਰੋਚ ਕਰ ਸਕਦੇ ਹੋ ਉਹਨਾਂ ਨੂੰ ਲਗਾਤਾਰ ਜਿਹੜੀ ਗੱਲ ਉੱਤੇ ਤੱਕ ਪਹੁੰਚਾਉਣੀ ਚਾਹੀਦੀ ਆ ਆਦਰਵਾਇਜ਼ 2023 ਮੋਰੇ ਆ ਰਿਹਾ ਬਿਲਕੁਲ ਤੇ ਇੱਕ ਅਦਾ ਬਜਟ ਹੋਰ ਪੇਸ਼ ਕਰਨਾ ਸਥਿਤੀ ਬਹੁਤ ਸਾਫ ਹੋ ਜਾਣੀ ਤੇ ਸਪਸ਼ਟ ਗੱਲ ਇਹ ਆ ਵੀ ਜਿਹੜੇ ਦਾਅਵੇ ਨੇ 2019 ਚ ਕੀਤੇ ਸੀ ਜੀ ਜਿਹੜੇ ਦਾਅਵੇ ਨੇ 2020 ਚ ਕੀਤੇ ਸੀ ਹੁਣ ਉਹ ਦਾਅਵੇ ਧੂਵੇ ਵੀ ਕਰਨੋਂ ਹਟ ਗਏ ਨੇ ਜੀ ਔਰ ਮਾੜੀ ਗੱਲ ਜਿਹੜੀ ਹੋਏ ਆ ਤੇ ਇਹ ਕੋਈ ਵਿਜਨ ਤਾਂ ਕੋਈ ਪਲਾਨ ਤਾਂ ਉਹ ਸਾਫ ਹੋ ਗਿਆ ਇਹਨਾਂ ਕੋਲ ਹੈ ਨਹੀਂ ਆ ਜੀ ਪਰ ਉਹਦੇ باوجود ਵੀ ਲੋਕਾਂ ਦੇ ਸਿਰ ਤੇ ਭਾਰ ਪਾਉਣੋਂ ਨਹੀਂ ਹਟ ਰਹੇ ਜਿਵੇਂ ਦੇਖਿਆ ਉਹ ਨਹੀਂ ਵੇਸ ਲੱਭ ਲੈ ਪਈ ਜੇ ਹੁਣ ਬਦਨਾਮੀ ਹੋਈ ਆ ਫੜੇ ਜਾ ਰਹੇ ਆ ਤੇ ਉਹਨਾਂ ਨੇ ਡੀ ਇੰਡੈਕਸ ਕਰਨਾ ਸ਼ੁਰੂ ਕਰ ਦਿੱਤਾ ਉਹਨੀ ਪਾਪੂਲੇਸ਼ਨ ਗ੍ਰੋਥ ਜਿਹੜੀ ਆ ਉਹਨੂੰ ਚੱਕ ਦਿੱਤਾ ਵਿੱਚੋਂ ਤੇ ਨਾਲ ਦੀ ਨਾਲ ਜਿਹੜੇ ਹੋਰ ਪੈਸੇ ਨੇ ਰਿਚ ਕਾਰਪੋਰੇਸ਼ਨ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਸ ਨੇ ਹਜੇ ਵੀ ਉਹਨਾਂ ਨੂੰ ਲਗਾਤਾਰ ਅਨ ਅਕਾਊਂਟੇਬਲ ਮਨੀ ਟਰਾਂਸਫਰ ਕਰ ਰਹੇ ਨੇ ਤੇ ਲੋਕਾਂ ਦੇ ਭਾਰ ਪੈ ਰਹੇ ਆ ਔਰ ਕੰਪਨੀਆਂ ਪੈਸੇ ਚੱਕਦੀਆਂ ਨੇ ਕੰਪਨੀਆਂ ਤੋਂ ਮੂਵ ਹੋ ਰਹੀਆਂ ਜਾ ਆਪਣੇ ਪ੍ਰੋਜੈਕਟ ਇਥੇ ਮੂਵ ਕਰਨੀਆਂ ਜਿਹੜਾ ਕਿ ਇਹ ਜੀ ਬੱਸ ਇਹ ਮੈਂ ਹਸਾਬ ਲੈ ਆ ਵੀ ਕੰਜ਼ਰਵੇਟਿਵਸ ਤੇ ਸ਼ੁਰੂ ਤੋਂ ਹੋਈਆਂ ਇਹ ਇਲਜ਼ਾਮ ਲੱਗਦਾ ਰਿਹਾ ਵੀ ਇਹ ਕਾਰਪੋਰੇਟਸ ਦੀ ਸਰਕਾਰ ਆ ਪਰ ਉਹਨਾਂ ਨੇ ਇੱਕ ਹੋਰ ਦਾਵਾ ਕੀਤਾ ਗਿਆ ਕਿ 3 ਸਾਲਾਂ ਲਈ ਇੱਕ ਕੰਸਟ੍ਰਕਸ਼ਨ ਪਲਾਨ ਉਹਨਾਂ ਨੇ ਡਿਜ਼ਾਈਨ ਕੀਤਾ ਵਾ ਜਿਹਦੇ ਲਈ ਉਹਨਾਂ ਨੇ 1.7 ਬਿਲੀਅਨ ਡਾਲਰ ਜਿਹੜਾ ਹੈ ਰੱਖਾਂਵਾਂ ਰੱਖਿਆ ਔਰ ਆਸ ਲਗਾਈ ਜਾ ਰਹੀ ਹੈ ਕਿ ਇਹਦੇ ਨਾਲ ਕਾਫੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੁਜ਼ਗਾਰ ਦੇ ਮੌਕੇ ਜਿਹੜੇ ਨੇ ਉਹ ਪੈਦਾ ਹੋਣਗੇ ਸੋ ਪਰ ਮੈਨੂੰ ਲੱਗਦਾ ਕੋਈ ਡਿਟੇਲ ਨਹੀਂ ਦੱਸੀ ਵੀ ਕਿਹੜੇ ਪ੍ਰੋਜੈਕਟ ਹੋਣਗੇ ਉਹ ਤੇ ਕਦੋਂ ਸ਼ੁਰੂ ਹੋਣਗੇ ਕਦੋਂ ਖਤਮ ਹੋਣਗੇ ਕਿੰਨੀਆਂ ਜੌਬਸ ਔਰ ਕਿਹੜੀ ਕਿਹੜੀ ਨੇਚਰ ਦੀਆਂ ਜੌਬਸ ਉਹ ਹੋਣਗੀਆਂ ਆ ਦੇਖੋ ਪਹਿਲੀ ਗੱਲ ਤੇ ਆ ਵੀ ਆਪ ਹੀ ਉਹ ਨੰਦੇ ਆ ਵੀ ਜਿਹੜਾ ਅਨਪਲੋਇਮੈਂਟ ਰੇਟ ਆ ਉਹ 9-10% ਦੇ ਨੇੜੇ ਰਹਿਣਾ ਹਾਂਜੀ ਬਹੁਤ ਹਾਈ ਉਹਦੇ ਵਿੱਚ ਲਗਭਗ 10% ਹਾਂਜੀ ਸਾਫ਼ ਕਰ ਚੁੱਕੇ ਨੇ ਪਹਿਲਾਂ ਹੀ ਬੇਸਿਕਲੀ ਜਿਹੜੇ ਲੋਕਾਂ ਨੇ ਬਾਅਦੇ ਕਰਕੇ ਆਏ ਸੀ ਵੱਡੇ ਵੱਡੇ ਸਬਜ਼ ਬਾਗ ਦਿਖਾਏ ਸੀ ਜੇ ਇਹਨਾਂ ਨੂੰ ਮੰਨ ਵੀ ਲਈਏ ਸਾਰਾ ਕੁਝ ਠੀਕ ਕਹਿੰਦੇ ਨੇ ਤੇ ਅੰਦਾਜ਼ਾ ਲਾਇਆ ਹੋਏ ਉਹ ਇਹ ਸਾਰਾ ਕੁਝ ਅਚੀਵ ਵੀ ਕਰ ਲੈਣ ਤੇ ਹਜੇ ਵੀ ਜਿਹੜਾ 40-50 ਹਜ਼ਾਰ ਬੰਦਾ 2018 ਨਾਲੋਂ ਘੱਟ এমਪਲੋਇਮੈਂਟ ਜੀ ਜਿਹੜਾ ਉਹਨਾਂ ਕੋਲ ਹੋਊਗਾ ਹਜੇ ਵੀ 50 ਹਜ਼ਾਰ ਦੇ ਕਰੀਬ ਬੰਦੇ ਵੱਧ ਜਿਹੜੇ ਨੇ ਅਨਪਲੋਇਡ ਹੋਣਗੇ ਜੇ ਇਹੋ 2023 ਤੱਕ ਜੋ ਕਹਿੰਦੇ ਨੇ ਉਹਨੂੰ ਅਚੀਵ ਵੀ ਕਰ ਲੈਣ ਸਥਿਤੀ ਬਹੁਤ ਮਾੜੀ ਆ ਇਸ ਵੇਲੇ ਸਾਫ਼ ਹੋ ਰਿਹਾ ਇਹਨਾਂ ਕੋਲ ਕੋਈ ਪਲਾਨ ਨਹੀਂ ਆ ਦੋ ਸਾਹਿਬ ਜਾਣ ਤੋਂ ਪਹਿਲਾਂ ਇਸ ਬਜਟ ਨੂੰ ਅਗਰ ਥੋੜੇ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਹੋਵੇ ਤੇ ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝ ਪਾਓ ਤੇ ਨਾਲ ਦੇ ਨਾਲ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਤੇ ਉਹ ਵੀ ਜ਼ਰੂਰ ਸਾਂਝ ਪਾਓ ਆ ਮੈਂ ਕਹਿਣਾ ਚਾਹੁੰਦਾ ਜੀ ਕਿ ਜੇ ਇਸ ਬਿਲੇ ਅਸੀਂ ਇੱਥੇ ਖੜੇ ਹਾਂ ਜੀ ਜਿਹੜਾ એનર્ਜੀ ਸੈਕਟਰ ਆ ਉਹ ਬਹੁਤ ਹੀ ਲੋ ਜਿਹੜੀਆਂ ਰੂਡ ਆਲ ਪ੍ਰਾਈਸਸ ਆ ਉਹਨਾਂ ਸਾਹਮਣਾ ਕਰ ਰਿਹਾ ਬਿਲਕੁਲ ਤੇ ਵੱਡੀ ਗੱਲ ਇਹ ਆ ਵੀ ਜਿਹੜੀ ਕੰਜ਼ਰਵੇਟਿਵ ਸਰਕਾਰ ਹੈ ਯੂਸੀਪੀ ਦੀ ਯੂਨਾਈਟਿਡ ਕੰਜ਼ਰਵੇਟਿਵ ਸਰਕਾਰ ਹਾਂਜੀ ਇਹਨੇ ਸਿੱਖਿਆ ਨਹੀਂ ਉਹਦੇ ਵਿੱਚੋਂ ਕੁਝ ਵੀ ਅ ਹਜੇ ਵੀ ਜਿਹੜੇ ਆਲ ਦੀ ਐਗਸ ਦੇ ਆ ਪੁੱਟਿੰਗ ਕੀ ਪੁੱਟਿੰਗ ਇਨ ਵਨ ਬਾਸਕਟ ਜੀ ਤੇ ਬੂਮ ਐਂਡ ਬਸਤੀ ਜਿਹੜੀ ਆ ਉਹਦੇ ਤੇ ਹਜੇ ਵੀ ਡਿਪੈਂਡ ਕਰਕੇ ਚੱਲ ਰਹੇ ਨੇ ਜਦੋਂ ਫੇਲ ਹੋ ਜਾਂਦੀ ਨਹੀਂ ਉਹਦੇ ਚ ਸਬਕ ਕੱਢਣ ਦੀ بجائے ਤੇ ਡਿਸਟਰੈਕਸ਼ਨ ਜਿਹੜੀਆਂ ਆ ਉਹ ਲੱਭਦੇ ਨੇ ਜੀ ਜਿਵੇਂ ਤੁਸੀਂ ਅੰਦਾਜ਼ਾ ਲਾਓ ਭਈ ਕੋਵਿਡ ਦੇ ਦੌਰਾਨ ਕਈ ਵਾਰੀ ਸਾਊਥ ਏਸ਼ੀਆਨ ਪਿਕ ਕਰ ਲੈ ਹੂੰ ਬਿਲਕੁਲ ਭਈ ਇਹ ਜੀ ਫਲਾ ਰਹੇ ਨੇ ਦੂਜੇ ਫਲਾ ਰਹੇ ਨੇ ਤੇ ਮੈਂ ਜਿਹੜੀ ਬਹੁਤ ਵੱਡੀ ਗੱਲ ਕਹਿਣੀ ਚਾਹੁੰਦਾ ਉਹ ਇਹ ਆ ਭਈ ਅਨਪਲੋਇਮੈਂਟ ਫੈਲ ਰਿਹਾ ਹੂੰ ਔਰ ਸਰਕਾਰ ਦੇ ਕੋਲ ਕੋਈ ਪਲਾਨ ਨਹੀਂ ਹੈ ਜੀ ਵੱਡੀਆਂ ਕਾਰਪੋਰੇਸ਼ਨਾਂ ਨੂੰ ਪੈਸੇ ਦੇ ਰਹੇ ਨੇ ਜਿਹੜੀ ਰੈਸਲੈਸਨੈਸ ਹੈ ਜਿਹੜੀ ਲੋਕਾਂ ਦੀ ਅਸਤੁਸ਼ਟੀ ਆ ਉਹਦੇ ਚ ਫੈਲ ਰਹੀ ਉਹਨੂੰ ਡਾਇਵਰਟ ਕਰਨ ਦੇ ਲਈ ਲੋਕਾਂ ਦੇ ਉੱਤੇ ਜਿਹੜੇ ਮਿਨੋਰਟੀਜ਼ ਨੇ ਘੱਟ ਗਿਣਤੀਆਂ ਨੇ ਉਹਨਾਂ ਦੇ ਉੱਤੇ ਜਿਹੜੇ ਆ ਫਾਰ ਰਾਈਟ ਜਿਹੜੇ ਗਰੁੱਪ ਨੇ ਵਾਈਟ ਸੁਪਰਮੈਸੀਸਟ ਨੇ ਜਾਂ ਜਿਹੜੇ ਹੋਰ ਰੇਸਿਜ਼ਮ ਕਰਦੇ ਨੇ ਗਰੁੱਪ ਉਹਨਾਂ ਦੇ ਅਟੈਕ ਲਗਾਤਾਰ ਵਧ ਰਹੇ ਨੇ ਬਿਲਕੁਲ ਜੀ ਕਿ ਵੈਂਡਲਿਜ਼ਮ ਦਾ ਹੋਰ ਵੀ ਮੁੱਦਾ ਆਇਆ ਹੈ ਜਿਸ ਤਰ੍ਹਾਂ ਜਾਨੀ ਕਿ ਦਸੰਬਰ ਤੋਂ ਲੈ ਕੇ ਇਹ ਫਰਵਰੀ 5 ਤੱਕ 6 ਤੱਕ ਮੈਨੂੰ ਐਗਜੈਕਟ ਡੇਟ ਨਹੀਂ ਯਾਦ ਛੇ ਬਹੁਤ ਵੱਡੇ ਐਡਮਿੰਟਨ ਦੇ ਵਿੱਚ ਜਿਹੜੇ ਅਟੈਕ ਹੋਏ ਨੇ ਦੋ ਤਿੰਨ ਸਾਊਥ ਗੇਟ ਚ ਹੋਏ ਨੇ ਸੈਂਚਰੀ ਪਾਰ ਮੈਜੋਰਟੀ ਯੂਡੀਸੀ ਬਲੈਕ ਔਮਨ ਸੀ ਗਿਆ ਮੁਸਲਿਮ ਔਮਨ ਜਿਨ੍ਹਾਂ ਨੇ ਆਪਣੇ ਕੋਈ ਉਹ ਹਜਾਬ ਬੰਨਿਆ ਹੋਇਆ ਜਾਂ ਜਾਂ ਬਲੈਕ ਹੈ ਉਹਨਾਂ ਨੂੰ ਪਕ ਕੀਤਾ ਜਾ ਰਿਹਾ ਉਸ ਤੋਂ ਬੱਲਾ ਰੈਡੀਅਰ ਚ ਕਲਗਰੀ ਚ ਐਡਮਿੰਟਨ ਚ ਕਿੱਡੀਆਂ ਵੱਡੀਆਂ ਓਪਨਲੀ ਰੈਲਿਸ ਕਰ ਚੁੱਕੇ ਨੇ ਤੇ ਮੈਂ ਵੀ ਐਨਸੀਸੀਐਮ ਆ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਮਾਨਸ ਜੀ ਉਹਨਾਂ ਨੇ ਮੀਟਿੰਗ ਕੀਤੀ ਸੀ ਇੱਕ ਤੇ ਉਸ ਮੀਟਿੰਗ ਤੋਂ ਬਾਅਦ ਅਸੀਂ ਜੁਆਇੰਟਲੀ ਇੱਕ ਜਿਹੜੀ ਈਸ਼ੂ ਕੀਤੀ ਸੀ ਸਟੇਟਮੈਂਟ ਜੀ ਤੇ ਪ੍ਰਾਊਡ ਬੁਆਇਸ ਦੇ ਉੱਤੇ ਫੈਡਰਲ ਗਵਰਨਮੈਂਟ ਨੇ ਪਾਬੰਦੀ ਲਾਈ ਆ ਉਹਨਾਂ ਨੂੰ ਟੈਰਰਿਸਟ ਗਰੁੱਪ ਦੇ ਵਿੱਚ ਐਡ ਕਰ ਦਿੱਤਾ ਗਿਆ ਉਹ ਲੋਕਾਂ ਨੂੰ ਇਸ ਤਰ੍ਹਾਂ ਟਾਰਗੇਟ ਕਰਕੇ ਅਟੈਕ ਕਰਦੇ ਸੀ ਜੀ ਤਾਂ ਜਦੋਂ ਇਹ ਹਾਲਾਤ ਬਰਤ ਰਹੇ ਨੇ ਸਰਕਾਰ ਉਹਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੀ ਆ ਜਿਹੜੇ ਥੋੜੇ ਵਾਲੇ ਵੀ ਪ੍ਰੋਗਰਾਮ ਸੀ ਮਲਟੀਕਲਚਰਲ ਜਿਹੜੀ ਪਾਲਿਸੀ ਆਪਣੀ ਆ ਮਿਨਿਸਟਰੀ ਕਲਚਰ ਮਲਟੀਕਲਚਰਿਜ਼ਮ ਐਂਡ ਸਟੇਟਸ ਆਫ ਵਿਮਨ ਜੀ ਉਹਦਾ ਜਿਹੜਾ ਇੱਕ ਬਹੁਤ ਵੱਡਾ ਡਿਪਾਰਟਮੈਂਟ ਆ ਜਿਨ੍ਹਾਂ ਨੂੰ ਤਿੰਨਾਂ ਚੋਂ ਚੀਜ਼ਾਂ ਨੂੰ ਮਿਲਾ ਕੇ ਇੱਕ ਮਿਨਿਸਟਰੀ ਬਣਦੀ ਆ ਐਂਟੀ ਰੈਸਿਜ਼ਮ ਐਡਵਾਈਜ਼ਰੀ ਕਾਉਂਸਲ ਉਹਦੇ ਸਾਰੇ ਪ੍ਰੋਗਰਾਮ ਉਹਦੇ ਸਾਰੇ ਪੈਸੇ ਉਹਨਾਂ ਦੀ ਸਾਰੀ ਸਪੋਰਟ ਕੱਟੀ ਜਾ ਰਹੀ ਆ ਪਿਛਲੀ ਵਾਰੀ ਉਹਨਾਂ ਦਾ ਐਂਟੀ ਰੈਸਿਜ਼ਮ ਕਮਿਊਨਿਟੀ ਸਪੋਰਟ ਗਰੁੱਪ ਪ੍ਰੋਗਰਾਮ ਕੱਢ ਦਿੱਤਾ ਸੀ ਜੀ ਇਸ ਵਾਰੀ ਉਹਨਾਂ ਨੇ ਜਿਹੜੀ ਆ ਹਿਊਮਨ ਰਾਈਟਸ ਐਜੂਕੇਸ਼ਨ ਫੰਡ ਕੱਢ ਦਿੱਤੇ ਨੇ ਅੱਛਾ ਜੀ ਇਹਦਾ ਮਤਲਬ ਗੱਲ ਸਾਹਮਣੇ ਆ ਲੋਕਾਂ ਨੂੰ ਦੇਣ ਲਈ ਕੁਛ ਨਹੀਂ ਸਾਡੇ ਨੇ ਹੋਰ ਵੀ ਕੇਅਰਫੁਲ ਹੋਣ ਦੀ ਲੋੜ ਆ ਚੇਤਨ ਹੋਣ ਦੀ ਲੋੜ ਆ ਤੇ ਗਵਰਨਮੈਂਟ ਨੂੰ ਅਕਾਉਂਟੇਬਲ ਬਣਾਉਣ ਦੀ ਲੋੜ ਆ ਇਹ ਸਾਡੇ ਬੱਚਿਆਂ ਦੇ ਆਉਣ ਵਾਲੇ ਜਿਹੜੀ ਪੀੜ੍ਹੀਆਂ ਉਹਨਾਂ ਦੇ ਭਵਿੱਖ ਦਾ ਸਵਾਲ ਹੈ। ਦਿਉਲ ਸਾਹਿਬ ਬਹੁਤ-ਬਹੁਤ ਧੰਨਵਾਦ ਆ ਤੁਸੀਂ ਸਮਾਂ ਕੱਢਿਆ ਸਾਡੇ ਸਟੂਡੀਓ ਵਿੱਚ ਆਰ ਖਾਸ ਕਰਕੇ ਬਜਟ ਦੇ ਵੱਖ-ਵੱਖ ਪਹਿਲੂਆਂ ਉੱਪਰ ਬੜੀ ਖੁੱਲ੍ਹ ਕੇ ਗੱਲਬਾਤ ਕੀਤੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਇੱਕ ਵਾਰੀ ਫੇਰ ਫਿਰੂਆਂ ਸਾਹਿਬ ਧੰਨਵਾਦ ਜੀ। ਸੋ ਇਸਨ ਸਰਦਾਰ ਜਸਵੀ ਸਿੰਘ ਦਿਉਲ ਜਿਹੜੇ ਕਿ ਐਡਮਿੰਟਨ ਮੈਡਸ ਤੋਂ ਚੁਣੇ ਹੋਏ ਐਮਐਲਏ ਹਨ ਐਂਡੀਪੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹਨ। ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਕਿ ਜਿਹੜਾ ਅਲਬਰਟਾ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜ ਉਹ ਕਿਹੜੇ ਕਿਹੜੇ ਸੈਕਟਰਸ ਨੂੰ ਕੀ ਕੀ ਦੇਣ ਜਾ ਰਿਹਾ ਹੈ ਕਿੰਨਾ ਕੁ ਲਾਹੇਵੰਦ ਹੋ ਸਕਦਾ ਹੈ ਲੋਕਾਂ ਦੇ ਲਈ ਐਡਵਰਟੈਂਸ ਨੂੰ ਕੀ ਫਾਇਦੇ ਕੀ ਨੁਕਸਾਨ ਹੋ ਸਕਦੇ ਹਨ ਆਸ ਕਰਦੇ ਹਾਂ ਕਿ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਆਉਣ ਵਾਲੇ ਐਪੀਸੋਡਸ ਦੇ ਵਿੱਚ ਹੋਰ ਵੱਖ-ਵੱਖ ਖੇਤਰਾਂ ਦੇ ਮਾਹਰਾਂ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਰਹਾਂਗੇ ਮੈਨੂੰ ਮਨਜੀਤ ਸਿੰਘ ਫੇਰੂਮਾਨ ਨੂੰ ਇੱਥੇ ਦਿਓ ਜੀ ਇਜਾਜ਼ਤ ਧੰਨਵਾਦ